ਦ੍ਰਿਸ਼ ਕੋਈ ਇੱਕ ਵੇਲਾ ਸੀ ਜਦ ਅਸੀਂ ਕਹਿੰਦੇ ਸੀ ਕਿ ਯਥਾ ਰਾਜਾ ਤਥਾ ਪ੍ਰਜਾ, ਯਾਨੀ ਕਿ ਜਿਵੇਂ ਦਾ ਰਾਜਾ ਹੋਏਗਾ ਉਹ ਜਿਹੇ ਹੀ ਲੋਕ ਹੋਣਗੇ। ਪਰ ਅੱਜ ਦੀ ਲੋਕ ਰਾਜ ਵਿਵਸਥਾ 'ਚ ਅਸੀਂ ਕਹਿੰਦੇ ਹਾਂ ਯਥਾ ਪ੍ਰਜਾ ਤਥਾ ਰਾਜਾ, ਭਾਵ ਕਿ ਜਿਹੋ ਜਿਹੇ ਲੋਕ ਹੋਣਗੇ ਉਹੋ ਜਿਹੇ ਪ੍ਰਤੀਨਿਧੀ ਹੋਣਗੇ, ਉਹੋ ਜਿਹੀ ਸਰਕਾਰ ਅਤੇ ਸ਼ਾਸਕ ਹੋਣਗੇ, ਕਿਉਂਕਿ ਲੋਕ ਹੀ ਤਾਂ ਨੇ ਜਿਹੜੇ ਆਪਣੀ ਪ੍ਰਤੀਨਿਧੀ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ ਚੁਣ ਕੇ ਭੇਜਦੇ ਨੇ, ਜਿਹੜੇ ਕਿ ਸਰਕਾਰ ਦੀ ਸਥਾਪਨਾ ਕਰਦੇ ਨੇ, ਸਰਕਾਰ ਚਲਾਉਂਦੇ ਨੇ। ਜੇ ਵੋਟਰ ਜਾਗਰੂਕ ਹੈ, ਵੋਟਰ ਆਪਣੀ ਜ਼ਿੰਮੇਵਾਰੀ ਸਮਝਦਾ ਹੈ, ਹੋਸ਼ ਪੂਰਵਨ ਚੰਗੇ ਪ੍ਰਤੀਨਿਧੀ ਚੁਣ ਕੇ ਭੇਜਦਾ ਹੈ ਤਾਂ ਸਰਕਾਰ ਵੀ ਚੰਗੀ ਬਣੇਗੀ। ਪਰ ਇੱਥੇ ਸਵਾਲ ਇਹ ਹੈ ਵੀ ਕੀ ਵੋਟਰ ਜਾਗਰੂਕ ਹੈ, ਕੀ ਉਹ ਆਪਣੀ ਭੂਮਿਕਾ ਇਮਾਨਦਾਰੀ ਨਾਲ ਨਿਭਾਉਂਦਾ ਹੈ, ਕਿ ਉਹ ਕਿਤੇ ਬੇਹੋਸ਼ੀ ਨਾਲ ਵੋਟ ਤਾਂ ਨਹੀਂ ਪਾਉਂਦਾ, ਜਾਂ ਕਿਸੇ ਲਾਲਚ ਜਾਂ ਭ੍ਰਸ਼ਟ ਤਰੀਕੇ ਅਪਣਾ ਕੇ ਤਾਂ ਵੋਟ ਨਹੀਂ ਪਾਉਂਦਾ। ਵੋਟਰ ਦੀ ਕੀ ਭੂਮਿਕਾ ਹੈ, ਵੋਟਰ ਲੋਕ ਰਾਜ ਵਿਵਸਥਾ 'ਚ ਕਿਹੋ ਜਿਹੀ ਭੂਮਿਕਾ ਨਿਭਾ ਸਕਦਾ ਔਰ ਕਿਹੋ ਜਿਹੀ ਨਿਭਾ ਰਿਹਾ ਹੈ ਔਰ ਕੀ ਉਹ ਜਾਗਰੂਕ ਹੈ, ਇਹ ਸਾਰੀਆਂ ਗੱਲਾਂ 'ਤੇ ਅਸੀਂ ਸੰਵਾਦ ਕਰਨਾ ਹੈ, ਯਾਨੀ ਕਿ ਇਸ ਵਿਸ਼ੇ 'ਤੇ ਚਿੰਤਨ ਅਤੇ ਮੰਥਨ ਕਰਨਾ ਹੈ। ਸਾਨੂੰ ਖੁਸ਼ੀ ਹੈ ਕਿ ਅੱਜ ਸਾਡੇ ਨਾਲ ਬੈਠੇ ਨੇ ਬਲਕਾਰ ਸਿੰਘ ਜੀ, ਜਿਹੜੇ ਕਿ ਸਮਾਜ ਸੇਵੀ ਨੇ, ਨਾਲ ਹੀ ਬੈਠੇ ਨੇ ਪ੍ਰੋਫੈਸਰ KK ਗਈ, ਜਿਹੜੇ ਕਿ ਰਾਜਨੀਤੀ ਸ਼ਾਸਤਰ ਦੇ ਮਾਹਿਰ ਨੇ, ਚਲੰਤ ਮਾਮਲਿਆਂ 'ਤੇ ਤਿੱਖੀ ਨਜ਼ਰ ਰੱਖਦੇ ਨੇ, ਸਿੱਖਿਅਕ ਨੇ ਅਤੇ ਨਾਲ ਹੀ ਨਾਲ ਮੀਡੀਆ ਦੇ ਨਾਲ ਬਹੁਤ ਗਹਿਰੇ ਜੁੜੇ ਹੋਏ ਨੇ। ਪ੍ਰੋਫੈਸਰ ਬਹੁਤ ਬਹੁਤ ਸਵਾਗਤ, ਬਲਕਾਰ ਸਿੰਘ ਜੀ ਤੁਹਾਡਾ ਵੀ ਸਵਾਗਤ, ਦਰਸ਼ਕੋ ਤੁਹਾਡਾ ਵੀ ਸਵਾਗਤ, ਕਿਉਂਕਿ ਚੋਣਾਂ ਦਾ ਐਲਾਨ ਹੋ ਚੁੱਕਾ ਹੈ। 17ਵੀਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਉਹ 11 ਅਪ੍ਰੈਲ ਤੋਂ ਲੈ ਕੇ 19 ਮਈ ਤੱਕ ਹੋਣੀਆਂ, 23 ਮਈ ਨੂੰ ਨਤੀਜਾ ਆਉਣਾ, ਯਾਨੀ ਕਿ ਕਹਿਣ ਦਾ ਭਾਵ ਇਹ ਹੈ ਕਿ ਮਤਦਾਤਾ ਦੀ ਭੂਮਿਕਾ ਦੇ ਉੱਪਰ ਹੀ ਸਾਰਾ ਕੁਝ ਕੇਂਦਰਿਤ ਹੋ ਗਿਆ, ਸਾਰੀ ਸਿਆਸਤ, ਸਾਰੀਆਂ ਚੋਣਾਂ, ਸਾਰੀ ਸਰਕਾਰ ਦੀ ਵਿਵਸਥਾ ਮਤਦਾਤਾ ਦੇ ਇਰਦ ਗਿਰਦ ਦੀ ਘੁੰਮਣੀ ਹੈ ਹੁਣ। ਸੋ ਹੁਣ ਤੁਹਾਡੀ ਵਾਰੀ ਹੈ ਔਰ ਟਾਈਮ ਸ਼ੁਰੂ ਹੋ ਚੁੱਕਾ ਹੈ। ਸਭ ਤੋਂ ਪਹਿਲੇ ਅਸੀਂ ਬਲਕਾਰ ਸਿੰਘ ਜੀ ਨੂੰ ਪੁੱਛਦੇ ਹਾਂ। ਬਲਕਾਰ ਸਿੰਘ ਜੀ, ਸਾਨੂੰ ਇਸ ਗੱਲ ਦਾ ਮਾਣ ਹੈ ਕਿ ਦੁਨੀਆ 'ਚ ਸਭ ਤੋਂ ਵੱਡਾ ਲੋਕ ਰਾਜ ਭਾਰਤ 'ਚ ਹੈ, ਇਸ ਲੋਕ ਰਾਜ 'ਚ ਤੁਸੀਂ ਕੀ ਵੇਖਦੇ ਹੋ ਕਿ ਮਤਦਾਤਾ ਦੀ ਕੀ ਭੂਮਿਕਾ ਹੈ, ਵੋਟਰ ਕਿਹੋ ਜਿਹਾ ਰੋਲ ਨਿਭਾਉਂਦਾ ਹੈ? ਇੱਕ ਤਾਂ ਡਾਕਟਰ ਸਾਹਿਬ, ਇਹ ਬੜੀ ਮਾਣ ਵਾਲੀ ਗੱਲ ਆ ਵੀ ਸਾਡਾ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਜੀ, ਅਤੇ ਇਹਦੇ ਵਿੱਚ ਜਿਹੜਾ ਪੰਚਾਇਤੀ ਚੋਣਾਂ ਤੋਂ ਲੈ ਕੇ MP ਤੱਕ ਸਿਲੈਕਸ਼ਨ ਜਿਹੜੀ ਆ ਉਹ ਆਪਾਂ ਬੜੀ ਭਾਗਾਂ ਵਾਲਿਆਂ ਵੀ ਸਾਨੂੰ ਅਧਿਕਾਰ ਮਿਲਿਆ ਵੀ ਆਪਾਂ ਚੁਣ ਕੇ ਭੇਜਦੇ ਹਾਂ ਸਾਰੇ ਉਹਨਾਂ ਨੂੰ ਆਪ ਉੱਪਰ ਤੱਕ, ਅਤੇ ਉਹ ਇਹਦੇ ਵਿੱਚ ਇਹ ਹੁੰਦਾ ਵੀ ਜਿਹੜਾ ਵੋਟਰ ਆ ਇਹਨੂੰ ਬਹੁਤ ਹੀ ਸੂਝਬੂਝ ਨਾਲ ਜਿਹੜੇ ਆਪਣੇ ਆ ਨੁਮਾਇੰਦੇ ਆ ਉਹ ਉੱਪਰ ਸਿਲੈਕਟ ਕਰਕੇ ਭੇਜਣੇ ਚਾਹੀਦੇ ਆ, ਭੇਜਣੇ ਹੁੰਦੇ ਆ, ਤਾਂ ਕਿ ਉਹ ਦੇਸ਼ ਦੇ ਬਾਰੇ, ਦੇਸ਼ ਦੀ ਤਰੱਕੀ ਵਾਸਤੇ ਜਾਂ ਉਹਨਾਂ ਨੂੰ ਕੋਈ ਸਮਝ ਹੋਵੇ ਵੀ ਆਪਾਂ ਦੇਸ਼ ਨੂੰ ਕਿੱਦਾਂ ਚਲਾਉਣਾ ਹੈ। ਬਿਲਕੁਲ ਠੀਕ ਹੈ। ਦਰਸ਼ਕੋ, ਇਸ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ 16 ਲੋਕ ਸਭਾ ਅਤੇ ਕਿੰਨੇ ਰਾਜਾਂ ਦੀਆਂ ਵਿਧਾਨ ਸਭਾਵਾਂ ਪੰਚਾਇਤਾਂ 'ਚ ਹਿੱਸਾ ਲੈ ਚੁੱਕਾ ਵਾਧਾ ਤਾਂ, ਇਹ ਸਭ ਅੱਜ ਇੰਨੇ ਸਾਲਾਂ ਬਾਅਦ, 70 ਸਾਲਾਂ ਬਾਅਦ ਜੇ ਅਸੀਂ ਦੇਖੀਏ, ਮੁਲਾਂਕਣ ਕਰੀਏ, ਅਤੇ ਭਾਰਤ ਦੇ ਵੋਟਰ ਦੀ ਕੀ ਸਥਿਤੀ ਹੈ, ਤੁਸੀਂ ਉਹਨੂੰ ਕਿੱਥੇ ਖੜ੍ਹਾ ਵੇਖਦੇ ਹੋ? ਮੈਂ ਸਮਝਦਾ ਕਿ ਜਦੋਂ ਅਸੀਂ ਲੋਕਤੰਤਰੀ ਵਿਵਸਥਾ ਸ਼ੁਰੂ ਕੀਤੀ ਸੀਗੀ, ਕਈ ਲੋਕਾਂ ਨੂੰ ਇਹ ਸ਼ੱਕ ਸੀਗਾ, ਵਿਦਵਾਨਾਂ ਨੂੰ ਸ਼ੱਕ ਸੀਗਾ ਕਿ ਗਰੀਬੀ ਹੈ, ਅਨਪੜ੍ਹਤਾ ਹੈ, ਅਗਿਆਨਤਾ ਵੀ ਹੈ, ਲੋਕਤੰਤਰ ਦਾ ਤਜਰਬਾ ਵੀ ਸੀਮਿਤ ਸੀਗਾ, ਅਤੇ ਕਿਸ ਤਰ੍ਹਾਂ ਇਹ ਦੇਸ਼ ਦੇ ਵਿੱਚ ਸਾਰਵਜਨਿਕ ਬਾਲਗ ਮਤਾਧਿਕਾਰ ਦੇ ਆਧਾਰ 'ਤੇ ਵੋਟਾਂ ਸਾਰਿਆਂ ਨੂੰ ਮਿਲਣਗੀਆਂ, ਹਰ ਬੰਦਾ ਵੋਟ ਪਾਏਗਾ, ਹਰ ਬੰਦਾ ਸਮਾਨ ਹੋਏਗਾ। ਪਰ ਪਿਛਲੇ 70 ਸਾਲ ਦਾ ਇਤਿਹਾਸ ਦੱਸਦਾ ਹੈ ਕਿ ਭਾਰਤ ਦੇ ਲੋਕਾਂ ਨੇ ਨਾ ਸਿਰਫ ਲੋਕਤੰਤਰੀ ਵਿਵਸਥਾ ਦਾ ਸੰਚਾਲਨ ਸੁਚਾਰੂ ਰੂਪ 'ਚ ਕੀਤਾ ਹੈ, ਸਗੋਂ ਇਸ ਨੂੰ ਦੁਨੀਆ ਦਾ ਹੀ ਸਭ ਤੋਂ ਵੱਡਾ ਸਫਲਤਾ ਦੇ ਨਾਲ ਕਾਰਜ ਕਰਨ ਵਾਲਾ ਲੋਕਤੰਤਰ ਹੋਣ ਦਾ ਮਾਣ ਕੀਤਾ। ਇਹਨਾਂ ਵਿੱਚ ਉਹਨਾਂ ਦੀ ਭੂਮਿਕਾ ਰਹੀ ਹੈ। ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ, ਅਸੀਂ ਇਸ ਗੱਲ ਨੂੰ ਮੰਨਦੇ ਹੈਗੇ ਹਾਂ। ਲੋਕਤੰਤਰ ਅਸੀਂ ਕਹਿੰਦੇ ਹਾਂ ਕੋਈ ਤੋਹਫਾ ਨਹੀਂ ਹੁੰਦਾ ਜਿਹੜਾ ਕਿ ਇੱਕ ਵਿਅਕਤੀ ਦੂਸਰੇ ਨੂੰ ਦਿੰਦਾ ਹੈ, ਇੱਕ ਆਦਤ ਹੁੰਦੀ ਹੈ। ਅਤੇ 70 ਸਾਲਾਂ ਦਾ ਇਤਿਹਾਸ ਦੱਸਦਾ ਹੈ ਕਿ ਸਾਨੂੰ ਲੋਕਤੰਤਰ ਦੀ ਆਦਤ ਹੈ, ਜਿੱਥੇ ਬਹੁਤ ਸਾਰੇ ਦੇਸ਼ ਜਿਹੜੇ ਸਾਡੇ ਨਾਲ ਆਜ਼ਾਦ ਹੋਏ ਸਨ ਉਹ ਲੋਕਤੰਤਰ ਦਾ ਉਤਾਰ ਚੜ੍ਹਾਅ ਆਉਂਦਾ ਰਿਹਾ, ਕਦੀ ਮਿਲਟਰੀ ਕੂ ਹੋ ਗਿਆ ਅਤੇ ਕਦੀ ਤਾਨਾਸ਼ਾਹੀ ਆ ਗਈ। ਅਸੀਂ ਲਗਾਤਾਰ, ਠੀਕ ਹੈ ਕਮੀਆਂ ਹਨ, ਠੋਕਰਾਂ ਖਾਂਦੇ ਹਾਂ, ਅੱਗੇ ਵੱਧਦੇ ਹਾਂ, ਪਰ ਫਿਰ ਵੀ ਚੁਣਦੇ ਹਾਂ। ਮੈਂ ਸਮਝਦਾ ਇੱਕ ਸਫਲਤਾ ਦਾ ਇਤਿਹਾਸ ਹੈ, ਅਸੀਂ ਇਹ ਮੰਨਦੇ ਹਾਂ ਕਿ ਅੱਗੇ ਤੋਂ ਅੱਗੇ ਅਸੀਂ ਚੱਲਦੇ ਹਾਂ। 100 ਕਰੋੜ ਨਾਲੋਂ ਜ਼ਿਆਦਾ ਮਤਦਾਨ, 7 ਫੇਜ਼ਿਸ ਚੋਣਾਂ ਹੋਣੀਆਂ ਹੈਗੀਆਂ ਔਰ ਹਰ ਇੱਕ ਨੇ ਹਿੱਸਾ ਲੈਣਾ ਹੈਗਾ ਵੇ, ਕਿਆ ਵੱਡੀ ਬਾਤ ਹੈ। ਦਰਸ਼ਕੋ, ਸਮੇਂ ਦੇ ਨਾਲ ਨਾਲ ਸਾਡਾ ਲੋਕ ਰਾਜ ਹੀ ਵੱਡਾ ਨਹੀਂ ਹੋ ਰਿਹਾ, ਵੋਟਰ ਵੀ ਸਮਝਦਾਰ ਹੋ ਰਿਹਾ ਜੀ, ਵੋਟਰ ਮੈਚਿਓਰ ਹੋ ਰਿਹਾ ਹੈ, ਵੋਟਰ ਦੀ ਭੂਮਿਕਾ ਨੂੰ ਉਹ ਪਹਿਚਾਣ ਰਿਹਾ ਹੈ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਸ਼ਾਂਤੀਪੂਰਨ, ਨਿਰਪੱਖ ਅਤੇ ਸੁਤੰਤਰ ਚੋਣਾਂ ਭਾਰਤ ਵਿੱਚ ਹੁੰਦੀਆਂ ਆ ਰਹੀਆਂ ਨੇ,
और दुनिया का मीडिया देखने आता है कि भारत से 90 करोड़ वोटर किवें वोट पाते हैं, किवें 7 पड़ाव हूँ चोणा होनी ने, सारी दुनिया की मीडिया की नज़र साढ़े उपर रहेगी। बलकार सिंह जी, ये जरा वोटर है जिद बारे असं गल कर रहे हैं, तुम किमें वेखते हो कि समय के नाल कि मेच्योर होया है, की सोच के वोट पाता है, वो दिमाग की चलता है? डॉक्टर साहब, अजकल का जरा वोटर है ना, बहुत ही हुण सूझवान हो गया, क्योंकि जिदा हुण कई साहब ने दस्सिया वी 70 साल तो हो गया आपां नूं जी, ते उहदे 'च हौली हौली जदों इंप्रूवमेंट तो होंदी है, बंदे नूं पता वी जिहड़ी कोई वी आपां नुमाइंदा भेजिया पिछली 5 सालां 'च किहड़ा भेजिया, उहनूं की कीता देश लई, ते उस तों बाद ये जिहड़ा हुण भेजण वाला है उहनूं असीं किद्दां सिलैक्ट करना, उहनूं किस हरेक एंगल तों देख के, ते फिर ही उह मतलब काफ़ी अगे नालों सियाने हो गए ने। हाँ जी, वो अपनी पार्टीबाजी तो या अपने जाता पाता तो उपर उठ के उन्होंने वोट करना पसंद करते हैं, क्योंकि मैक्सीम यंग जनरेशन जी यंग वोटर अपने कोल है, और उन्होंने थॉट जी तुम्हें पता भी मॉडर्न है सारी, और उन्होंने पता जिदा बाहरले देशों का जहाँ सारे देखते हैं भी उन्होंने जोड़े मंत्री है जहाँ जो नुमाइंदे वो कि देश के वास्ते काम करते हैं, इस करके फिर जी इसको फिर भी कुछ कारण ने जिस करके असं अज प्रोग्राम कर रहे हैं, तो वोटर की भूमिका बारे चर्चा हो रही है। कई सब की वजह है कि अज भी असी जिस तरह वोटर की जागरूकता वास्ते भूमिका वास्ते या स्वीप प्रोग्राम चलाने हैं या कोई होर सरकार वालों भी कई तरह के चलाए जाते हैं भी वोटर जागरूक होए सोच समझ के वोट पाए, क्योंकि जिहड़ी आदत तो लोकतंत्र की पै गई उस आदत दे विच कोई माड़ी चीज़ भी आ जाए तो फिर उन्होंने सुधारना पैदा है, इस तरह की गल यह है। पर तुसी देखो, एक सब तो वड्डी जिहड़ी गल है कि लोगों को अपनी वोट की कीमत लगातार पहचाननी चाहिए, जो दी महत्ता दिन प्रतिदिन बढ़ रही है। असी ना लोकतंत्र की जो अगर विश्लेषण करिए, लोग ही फैसला करते हैं कि अगे 5 साल शक्ति की पावर शक्ति कौन वरतेगा तो कि वरती जाएगी। असी अपने जनसंख्या अपनी मर्जी हिसाब दो हिस्सा वढ़ लें, एक शासक तो दूजे शासित, असी ही चुनते हैं अपने शासकों, उन्होंने जिम्मेवार तो जवाबदेह भी बनाने, पर कि वो पूरी तरह जिम्मेवारी नाल काम करते हैं, जवाबदेह होंगे ने, कि वोटर जिहड़ा है उस अपने अगा पिछे पछाण के जिन्हों कहिंदे ने प्रोसेस कौन देख के गुण दोष देख के क्वालिटी देख के, ये हाली कमी साढ़े जरूर है। ठीक है, असी जदों सीगे आज़ाद होए सीगे तां 32 करोड़ की पापूलेशन सीगी, उन्हां विच्चों जिहड़ा अनपढ़ता का लैवल इन्ना ज़्यादा सी कि पढ़े लिखियां की गिनती तो 20-25% तिकन ही सी, इस वेले 67-70% तिकन असी ਜਿਹੜੇ ਹੈ ਜ਼ਿਆਦਾ 80 ਤੱਕ ਨੂੰ ਅਸੀਂ ਮੈਂ ਕਹਿ ਸਕਦਾ ਕਿ ਅਸੀਂ ਸਿੱਖਿਆ ਪ੍ਰਾਪਤ ਚੱਲਿਆ। ਫਿਰ ਲੋਕਤੰਤਰ ਦਾ ਐਕਸਪੀਰੀਅੰਸ ਹੋਣ ਦੇ ਨਾਲ ਜਿਹੜਾ ਗਿਆਨ ਵਿਵਹਾਰਿਕ ਗਿਆਨ ਆਉਂਦਾ ਹੈ, ਜ਼ਰੂਰੀ ਨਹੀਂ ਕਿ ਜਿਨ੍ਹਾਂ ਨੇ ਪੜ੍ਹਿਆ ਲਿਖਿਆ ਉਹੀ ਹੈ, ਜਿਹੜਾ ਆਮ ਵੋਟਰ ਹੈ ਉਸ ਨੂੰ ਵੀ ਇਸ ਗੱਲ ਦਾ ਪਤਾ ਹੈ। ਪਰ ਇਸ ਬਾਰੇ ਜਾਗਰੂਕ ਹੋਣਾ ਲਗਾਤਾਰ, ਕਿਉਂਕਿ ਅਸੀਂ ਮੰਨਦੇ ਹਾਂ ਕਿ ਸੁਤੰਤਰਤਾ ਤਾਂ ਹੀ ਕਾਇਮ ਰਹਿੰਦੀ ਹੈ, ਲੋਕਤੰਤਰ ਤਾਂ ਹੀ ਕਾਇਮ ਹੁੰਦਾ ਜਦੋਂ ਲੋਕ ਲਗਾਤਾਰ ਜਾਗਰੂਕ ਹੋਣ। ਇਹ ਨਹੀਂ ਹੁੰਦਾ ਕਿ ਇਲੈਕਸ਼ਨ ਦੇ ਵਿੱਚ ਜਾਗਰੂਕ ਹੋਣਾ ਪੈਂਦਾ, ਪਹਿਲੇ ਸਾਰਾ ਕੁਝ ਸੂਚਨਾਵਾਂ ਪ੍ਰਾਪਤ ਕਰਨਗੇ, ਸਾਰੇ ਸਮਝਣਗੇ, ਤਾਂ ਹੀ ਪਤਾ ਹੋਏਗਾ ਦੇਸ਼ ਦੇ ਸਾਹਮਣੇ ਮਸਲੇ ਕਿਹੜੇ ਨੇ, ਕਿਹੜੀਆਂ ਸਾਡੀਆਂ ਸਮੱਸਿਆਵਾਂ ਨੇ, ਅਤੇ ਕਿਹਨਾਂ ਨੂੰ ਸਾਹਮਣੇ ਰੱਖ ਕੇ ਅਸੀਂ ਵੋਟਾਂ ਪਾਉਣੀਆਂ ਹੈਗੀਆਂ, ਔਰ ਫੈਸਲਾ ਕਰਨਾ ਔਰ ਦੇਖ ਕੇ ਕਰਨਾ। ਹੁਣ ਪਾਰਟੀ ਨੂੰ ਦੇਖਣਾ ਕਿ ਕੈਂਡੀਡੇਟ ਨੂੰ ਦੇਖਣਾ ਕਿ ਦੇਸ਼ ਦੇ ਭਵਿੱਖ ਨੂੰ ਦੇਖਣਾ ਕਿ ਸਿਕਿਉਰਿਟੀ ਨੂੰ ਦੇਖਣਾ ਹੈਗਾ, ਕਿਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਉਹ ਉਹਨਾਂ ਨੇ ਆਪਣੀ ਪਹਿਲਾਂ ਫਿਕਸ ਕਰਨੀ ਹੈ। पहले नालों वोटर बहुत सुलझा ज्यादा हो गया, वो समझदार हो गया, और उसनों असी फॉर ग्रांटेड नहीं ले सकते। नहीं बिल्कुल नहीं, बिल्कुल यही तो गल है। पंजाब दा वोटर तो दसदा ही नहीं कि इस वारी सरकार की दी बनेगी, कहंदा भावे है भी बड़ी सोच समझ के अपने हक का इस्तेमाल करता है, पहले नालों ज्यादा सूझवान है। बिल्कुल, देखो जी वोट पाउण दा अधिकार जिहड़ा गुप्त है, गुप्त मतदान हुंदा है, वो गुप्त मतदान इसी करके रखा भी तुसीं अपने खुल के वोट पाओ। हुण तां इक गल होर आ गई, बड़ी सब तो वड्डी गल है कि ਤੁਸੀਂ ਅੱਗੇ ਵੋਟ ਪਾ ਕੇ ਆ ਜਾਂਦੇ ਸੀ ਇੱਕ ਵਾਰੀ ਹੈਗਾ ਸੀਗਾ, ਹੁਣ ਤੁਸੀਂ ਜਿੱਥੋਂ ਵੋਟ ਪਾਉਣ ਜਾਂਦੇ ਹੋ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੇ ਉੱਤੇ ਤਾਂ VVPAT ਮਸ਼ੀਨ ਲੱਗੀ ਹੋਈ, ਉਸੇ ਵੇਲੇ ਦੇਖ ਕੇ ਆਉਂਦੇ ਕਿ ਮੇਰੀ ਵੋਟ ਪੈ ਗਈ, ਤਸੱਲੀ ਦੇ ਨਾਲ ਬਾਹਰ ਆਓਗੇ। ਜਿਹਨੂੰ ਮੈਂ ਪਾਈ ਸੀ ਉਹਦੇ ਵਾਲੇ ਪਈ ਹੈਗੀ ਹੈ, ਕੋਈ ਐਸੀ ਗੱਲ ਨਹੀਂ, ਮਤਲਬ ਇਹ ਸਿਸਟਮ ਇੰਨਾ। ਫਿਰ ਜਿਹੜਾ ਮੀਡੀਆ ਦਾ ਰੋਲ ਵਧੀਆ ਹੈਗਾ ਵੇ, ਹਰ ਰੋਜ਼ ਦੇਖੋ ਕਦੋਂ ਦਾ ਇਲੈਕਸ਼ਨ ਜਦੋਂ ਦਾ ਸ਼ੁਰੂ ਹੋਇਆ ਇਸ ਸਾਲ ਤੋਂ ਸ਼ੁਰੂ ਦੇ ਵਿੱਚੋਂ ਹੀ, ਉਸ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀਗਾ ਕਿ ਵੀ ਇਲੈਕਸ਼ਨ ਹੈਗਾ, ਔਰ ਦਿਨ ਪ੍ਰਤੀ ਦਿਨ ਖਬਰਾਂ ਜਿਹੜੇ ਲੋਕ ਦੇਖਦੇ ਹੈਗੇ ਨੇ, ਕਿਸ ਤਰ੍ਹਾਂ ਕਰਦੇ ਅਖਬਾਰ 'ਚ ਆਉਂਦੇ ਨਾਲ ਪੜ੍ਹਦੇ ਨੇ, ਸਵਾਲ ਇੱਕੋ ਹੀ ਹੈ ਕਿ ਅਗਲੀ ਸਰਕਾਰ ਕਿਹੜੀ ਹੋਵੇਗੀ, ਕਿਸ ਤਰ੍ਹਾਂ ਬਣੇਗੀ। ਮੀਡੀਆ ਦੀ ਭੂਮਿਕਾ ਬਹੁਤ ਵੱਧ ਗਈ, ਉਹਦੇ ਬਾਰੇ ਗੱਲਬਾਤ ਕਰਾਂਗੇ, ਲੇਕਿਨ ਮੁੱਕਦੀ ਗੱਲ ਤਾਂ ਹੈ ਕਿ ਇੱਕ ਉਤਸਵ ਸ਼ੁਰੂ ਹੋ ਗਿਆ, ਲੋਕ ਰਾਜ ਦਾ ਉਤਸਵ ਸ਼ੁਰੂ ਹੋ ਗਿਆ, ਲੋਕਾਂ ਨੇ ਉਸ ਵਿੱਚ ਹਿੱਸਾ ਪਾਉਣਾ ਹੈ, ਔਰ ਸਾਰਿਆਂ ਦੀ ਨਜ਼ਰ ਇਸ ਉਤਸਵ ਉੱਪਰ ਹੈ, 23 ਮਈ ਨੂੰ ਕੀ ਬਣੇਗਾ।
ਬਲਕਾਰ ਸਿੰਘ ਜੀ ਇੱਕ ਗੱਲ ਤੁਸੀਂ ਸਹਿਮਤ ਹੋਵੋਗੇ ਤੁਸੀਂ ਕਿਉਂਕਿ ਵਿਵਹਾਰਿਕ ਤੌਰ 'ਤੇ ਲੋਕਾਂ ਦੇ ਵਿੱਚ ਵਿਚਰਦੇ ਹੋ ਸਮਾਜ ਸੇਵੀ ਦੇ ਤੌਰ 'ਤੇ ਕਿ ਲੋਕ ਹਜੇ ਵੀ ਜਾਤ ਪਾਤ ਦੇ ਆਧਾਰ ਦੇ ਉੱਪਰ ਖੇਤਰਵਾਦ ਦੇ ਆਧਾਰ ਦੇ ਉੱਪਰ ਭਾਸ਼ਾਵਾਦ ਦੇ ਆਧਾਰ ਦੇ ਉੱਪਰ ਜਾਂ ਕੋਈ ਲਾਲਚ ਦੇ ਬੇਸਿਸ ਦੇ ਉੱਪਰ ਭਾਵੇਂ ਪੈਸੇ ਲੈ ਕੇ ਜਾਂ ਕੋਈ ਹੋਰ ਭ੍ਰਸ਼ਟ ਤਰੀਕੇ ਅਪਣਾ ਕੇ ਵੀ ਵੋਟ ਪਾਉਂਦੇ ਨੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਜੀ ਡਾਕਟਰ ਸਾਹਿਬ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਜਿਹੜੀ ਵੋਟ ਦਾ ਅਧਿਕਾਰ ਹੈ ਇਹ ਸਿਰਫ ਅਧਿਕਾਰ ਹੀ ਨਹੀਂ ਆਪਣੀ ਰਿਸਪੋਂਸੀਬਿਲਟੀ ਵੀ ਆ ਆਪਣੀ ਜ਼ਿੰਮੇਵਾਰੀ ਵੀ ਆ ਬਿਲਕੁਲ ਠੀਕ ਔਰ ਇਹ ਜ਼ਿੰਮੇਵਾਰੀ ਜਿਹੜੀ ਆ ਉਹ ਹੀ ਆਪਾਂ ਨੂੰ ਤੈਅ ਕਰਦੀ ਆ ਵੀ ਆਪਾਂ ਆਪਣੇ ਦੇਸ਼ ਦਾ ਜਿਹੜਾ ਨੁਮਾਇੰਦਾ ਇੱਥੋਂ ਚੁਣ ਕੇ ਆਪਣੇ ਖੇਤਰ ਤੋਂ ਜਾਂ ਆਪਣੇ ਪ੍ਰਾਂਤ ਤੋਂ ਭੇਜਣਾ ਵੀ ਉਹ ਕਦੇ ਕੈਪੇਬਲ ਹੈਗਾ ਵੀ ਉੱਥੇ ਜਾ ਕੇ ਸਾਡੀਆਂ ਕੋਈ ਜਿਹੜੇ ਵੀ ਪ੍ਰੋਬਲਮ ਆ ਉਹਨੂੰ ਸ਼ੇਅਰ ਕਰੂਗਾ ਗੌਰਮੈਂਟ ਦੱਸੂਗਾ ਅਤੇ ਆਮ ਤੌਰ 'ਤੇ ਮੈਂ ਦੇਖਦਾ ਇੱਕ ਜੀ ਇੱਕ ਨਾ ਪਿੰਡਾਂ 'ਚ ਚਲੋ ਇੱਥੇ ਸ਼ਹਿਰਾਂ 'ਚ ਤਾਂ ਥੋੜ੍ਹਾ ਘੱਟ ਹੁੰਦੀ ਪਿੰਡਾਂ 'ਚ ਇਹ ਹੁੰਦਾ ਵੀ ਚਲੋ ਛੱਡੋ ਯਾਰ ਆਪਾਂ ਹੀ ਕਰਨਾ ਵੋਟ ਪਾ ਕੇ ਆਪਣੇ ਕੰਮ 'ਤੇ ਜਾਂਦੇ ਹਾਂ ਆਪਾਂ ਹੀ ਲੈਣਾ ਵੀ ਸਾਨੂੰ ਕਿਹੜਾ ਵੋਟਾਂ 'ਚ ਰੋਟੀ ਦੇਣੀ ਹੈ ਮੈਕਸੀਮਮ ਇਹੀ ਹੁੰਦਾ ਔਰ ਮੈਂ ਇਹਨਾਂ ਲੋਕਾਂ ਨੂੰ ਜਿਹੜੀ ਇੱਦਾਂ ਦੀ ਸੋਚ ਹੈ ਨਾ ਉਹਨਾਂ ਨੂੰ ਮੈਂ ਕਹਿੰਦਾ ਹੁੰਦਾ ਵੀ ਜੇ ਤੁਸੀਂ ਆਪਣਾ ਜੇ ਤੁਹਾਨੂੰ ਕੋਈ ਫੈਸਿਲਿਟੀਆਂ ਚਾਹੀਦੀਆਂ ਤੁਹਾਨੂੰ ਦੇਸ਼ ਸਾਫ਼ ਸੁਥਰਾ ਚਾਹੀਦਾ ਤੁਹਾਨੂੰ ਬਾਕੀ ਆਪਾਂ ਫੋਰਨ ਕੰਟਰੀਆਂ ਵਾਂਗੂ ਕੰਪੇਅਰ ਕਰਦੇ ਹਾਂ ਤਾਂ ਉਹਦੇ ਵਾਸਤੇ ਤੁਸੀਂ ਵੋਟ ਪਾਓ ਔਰ ਇੱਕ ਇੰਨਾ ਵਧੀਆ ਅਧਿਕਾਰ ਤੁਹਾਨੂੰ ਮਿਲਿਆ ਵੀ ਤੁਸੀਂ ਆਪਣੀ ਮਰਜ਼ੀ ਨਾਲ ਇੱਥੋਂ ਆਪਣਾ ਨੁਮਾਇੰਦਾ ਚੁਣ ਕੇ ਭੇਜ ਸਕਦੇ ਹਾਂ ਬਿਲਕੁਲ ਠੀਕ ਹੈ ਅਧਿਕਾਰ ਜਿਹੜਾ ਹੈ ਉਹ ਸਿਰਫ ਵੋਟ ਪਾਉਣ ਦਾ ਨਹੀਂ ਹੈ ਵੋਟ ਪਾਉਣ ਦਾ ਅਧਿਕਾਰ ਇੱਕ ਫਰਜ਼ ਵੀ ਹੈ ਇੱਕ ਜ਼ਿੰਮੇਵਾਰੀ ਹੈ ਦੇਸ਼ ਦੇ ਪ੍ਰਤੀ ਸਮਾਜ ਪ੍ਰਤੀ ਸਰਕਾਰ ਬਣਾਉਣ ਦੇ ਪ੍ਰਤੀ ਲੇਕਿਨ ਜਿਸ ਤਰ੍ਹਾਂ ਬਲਕਾਰ ਸਿੰਘ ਜੀ ਦੱਸ ਰਹੇ ਨੇ ਪਰ ਸਭ ਕਿ ਲੋਕ ਹਜੇ ਵੀ ਕਈ ਵਾਰੀ ਉਦਾਸੀਨ ਹੈ ਐਪਥੀ ਹੈ ਲੋਕ ਸੋਚਦੇ ਛੱਡੋ ਸਾਡੀ ਵੋਟ ਨਾਲ ਕੀ ਬਣਦਾ ਹੈ ਜਾਂ ਸਾਡੇ ਨਾਲ ਕੀ ਫਰਕ ਪੈਂਦਾ ਹਜੇ ਵੀ ਐਵਰੇਜ 70% ਦੀ ਲੋਕ ਪਾਉਂਦੇ ਨੇ ਵੋਟਾਂ 30% ਦੀ ਹਜੇ ਵੀ ਨਹੀਂ ਪਾਉਂਦੇ ਹਜੇ ਵੀ ਲੋਕ ਇਸ ਬਾਰੇ ਉਦਾਸੀਨ ਹੁੰਦਾ ਹਾਲਾਂਕਿ ਕੁਛ ਲੋਕਾਂ ਦਾ ਕਈ ਕਾਰਨ ਜੈਨੂਇਨ ਵੀ ਹੋ ਸਕਦੇ ਨੇ ਫਿਰ ਵੀ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਪੇਂਡੂ ਔਰ ਸ਼ਹਿਰੀ ਲੋਕਾਂ ਦੇ ਵੋਟ ਪਾਉਣ ਦੇ ਰੁਝਾਨ 'ਚ ਵੀ ਫਰਕ ਆ ਜਾਂਦਾ? ਮੈਂ ਸਮਝਦਾ ਜੀ ਦੇਖੋ ਇਸ ਗੱਲ ਦੀ ਹੈ ਕਿ ਜਦੋਂ ਅਸੀਂ ਵੋਟ ਦੀ ਸਹੀ ਤਰੀਕੇ ਦੇ ਨਾਲ ਮਹੱਤਤਾ ਨੂੰ ਪਛਾਣ ਲਈਏ ਤਾਂ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੋ ਸਕਦਾ ਜਿਹੜਾ ਵੋਟ ਪਾਉਣ ਨਾ ਜਾਵੇ ਇਹ ਭੁੱਲਣਾ ਨਹੀਂ ਚਾਹੀਦਾ ਕਿ ਮੇਰੀ ਇੱਕ ਵੋਟ ਹੈ ਪਰ ਸਭ ਦੇ ਨਾਲ ਸਮਾਨ ਹੈ ਉਹਦਾ ਮਹੱਤਵ ਦੇਖੋ ਓਲੰਪਿਕਸ ਦੇ ਵਿੱਚ ਇੱਕ ਸੈਕਿੰਡ ਦਾ ਫਰਕ ਰਹਿ ਜਾਏ ਤਾਂ ਗੋਲਡ ਮੈਡਲ ਜਾਂ ਮਿਲ ਜਾਂਦਾ ਜਾਂ ਬੰਦਾ ਹਾਰ ਜਾਂਦਾ ਹੈਗਾ ਇੱਕ ਇੱਕ ਸਕਿੰਟ ਦੀ ਗੱਲ ਹੈ ਉਸ ਤਰ੍ਹਾਂ ਇੱਕ ਵੋਟ ਹੈ ਮੈਂ ਸਮਝਦਾ ਆਪਣੇ ਆਪ ਨੂੰ ਇੱਕ ਵੋਟ ਦਿਓ ਇੱਕ ਸਕਿੰਟ ਮੰਨ ਲਓ ਜੇ ਤੁਹਾਨੂੰ ਵੱਧ ਤੋਂ ਵੱਧ ਦੇਖੋ ਜੀ ਉੱਥੇ ਵੋਟ ਪਾਉਣ ਲੱਗਿਆਂ ਸਾਨੂੰ ਵੱਧ ਤੋਂ ਵੱਧ ਜਾ ਕੇ 5 ਮਿੰਟ ਲੱਗਦੇ ਹੈਗੇ ਨੇ ਵੋਟ ਪਾਉਣ ਦੇ ਜਾਣ 5 ਮਿੰਟ ਦੇਸ਼ ਲਈ ਕੱਢੋ ਸੋਚ ਕੇ ਜਾਓ ਮੈਂ ਵੋਟ ਪਾਉਣੀ ਆ ਉੱਥੇ ਪਾਓ ਇੱਕ ਵੋਟ ਦਾ ਹਥਿਆਰ ਉਸ ਕੈਂਡੀਡੇਟ ਨੂੰ ਜਿਹੜਾ ਜਿੱਤਦਾ ਹੈ 4 ਵੋਟਾਂ ਦੇ ਨਾਲ ਜਾਂ ਉਹਨੂੰ ਪੁੱਛੋ ਵੀ ਕੀ ਇੰਪੋਰਟੈਂਸ ਹੈ ਉਸ ਬੰਦੇ ਨੂੰ ਪੁੱਛੋ ਜਿਹੜਾ ਕਿ ਹਾਰਦਾ ਹੈਗਾ ਫਿਰ ਆਪਣੇ ਆਪ ਨੂੰ ਦੇਖੋ ਕਿ ਮੈਂ ਜਿਹੜੀ ਵੋਟ ਪਾਈ ਹੈ ਤਾਂ ਮੇਰੀ ਉਹਦਾ ਇੰਪੋਰਟੈਂਸ ਇੱਥੇ ਤੱਕ ਜਾ ਕੇ ਆਉਂਦਾ ਬੂੰਦ ਬੂੰਦ ਨਾਲ ਜੇ ਸਮੁੰਦਰ ਬਣਦਾ ਤਾਂ ਬੂੰਦ ਬੂੰਦ ਇੱਕ ਇੱਕ ਵੋਟ ਦੇ ਨਾਲ ਹੀ ਕੈਂਡੀਡੇਟ ਜਿੱਤਦਾ ਜਾਂ ਹਾਰਦਾ ਹੈਗਾ ਜੇ ਨਹੀਂ ਮਿਲਦੀ ਤਾਂ ਹਾਰਦਾ ਤੁਹਾਡੀ ਗੱਲ 'ਚ ਗੱਲ ਜੋੜਨਾ ਚਾਹੁੰਦਾ ਕਈ ਸਾਹਿਬ ਨੇ ਕਿਹਾ ਵੀ ਇੱਕ ਇੱਕ ਵੋਟ ਦੀ ਬੜੀ ਕੀਮਤ ਹੈ ਇਤਿਹਾਸ ਗਵਾਹ ਹੈ ਕਿ 2008 'ਚ ਰਾਜਸਥਾਨ ਦੀ ਨਾਥ ਦੁਆਰਾ ਸੀਟ ਤੋਂ ਸੀਪੀ ਜੋਸ਼ੀ ਸਿਰਫ ਇੱਕ ਵੋਟ ਨਾਲ ਹਾਰ ਗਏ ਉਹਨਾਂ ਦਾ ਡਰਾਈਵਰ ਵੀ ਇੱਕ ਵੋਟ ਪਾਉਣ ਲਈ ਟਾਈਮ ਨਹੀਂ ਕੱਢ ਸਕਿਆ ਇਸੇ ਤਰ੍ਹਾਂ 1776 'ਚ ਅਮਰੀਕਾ 'ਚ ਸਿਰਫ ਇੱਕ ਵੋਟ ਕਰਕੇ ਜਰਮਨ ਭਾਸ਼ਾ ਦੀ ਥਾਂ ਅੰਗਰੇਜ਼ੀ ਭਾਸ਼ਾ ਰਾਸ਼ਟਰ ਭਾਸ਼ਾ ਬਣ ਗਈ 1923 'ਚ ਸਿਰਫ ਇੱਕ ਵੋਟ ਕਰਕੇ ਹਿਟਲਰ ਨਾਜ਼ੀ ਪਾਰਟੀ ਦਾ ਮੁਖੀ ਹੋ ਗਿਆ ਅਤੇ ਹਿਟਲਰ ਦਾ ਯੁੱਗ ਸ਼ੁਰੂ ਹੋ ਗਿਆ 1875 'ਚ ਸਿਰਫ ਇੱਕ ਵੋਟ ਕਰਕੇ ਫਰਾਂਸ 'ਚ ਰਾਜਤੰਤਰ ਦੀ ਥਾਂ ਗਣਤੰਤਰ ਆਇਆ ਇੱਕ ਵੋਟ ਕਰਕੇ 1998 'ਚ ਸਿਰਫ ਇੱਕ ਵੋਟ ਕਰਕੇ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਗਿਰ ਗਈ ਪਿਛਲੇ ਦਿਨੀ ਰਾਜਸਥਾਨ ਮੱਧ ਪ੍ਰਦੇਸ਼ ਛੱਤੀਸਗੜ੍ਹ 'ਚ ਚੋਣਾਂ ਹੋਈਆਂ ਮੱਧ ਪ੍ਰਦੇਸ਼ 'ਚ 8 ਤੋਂ ਜ਼ਿਆਦਾ ਸੀਟਾਂ ਜਿਹੜੀਆਂ ਹੈ ਉਹ 100 ਤੋਂ ਘੱਟ ਮਾਰਜਿਨ ਦੇ ਨਾਲ ਜਿੱਤੀਆਂ ਜਾਂ ਹਾਰੀਆਂ ਗਈਆਂ ਤੁਸੀਂ ਕਹਿ ਸਕਦੇ ਹੋ ਵੀ ਇੱਕ ਇੱਕ ਵੋਟ ਜਿਹੜੀ ਹੈ ਉਹ ਕੀਮਤੀ ਹੈ ਔਰ ਵੋਟ ਪਾਉਣਾ ਸਾਡਾ ਧਰਮ ਹੈ ਜਿਸ ਤਰ੍ਹਾਂ ਪ੍ਰਸ਼ਾਸਨ ਸਾਹਮਣੇ ਕਿਹਾ ਸੀ ਵੀ ਇਹ ਵੋਟ ਪਾਉਣ ਦਾ ਹੱਕ ਸਾਨੂੰ ਤੋਹਫੇ 'ਚ ਨਹੀਂ ਮਿਲਿਆ ਇਸ ਨੂੰ ਪ੍ਰਾਪਤ ਕਰਨ ਵਾਸਤੇ ਲੱਖਾਂ ਕੁਰਬਾਨੀਆਂ ਦਿੱਤੀਆਂ ਗਈਆਂ ਤਾਂ ਅੰਗਰੇਜ਼ ਇੱਥੋਂ ਗਏ ਔਰ ਸਾਨੂੰ ਜਮਹੂਰੀ ਨਿਜ਼ਾਮ ਮਿਲਿਆ ਜਿਸ 'ਚ ਅਸੀਂ ਵੋਟ ਪਾਉਂਦੇ ਹਾਂ ਅਸੀਂ ਇਸ ਦੀ ਕੀਮਤ ਐਕਚੁਲੀ ਇੱਕ ਗੱਲ ਹੋਰ ਦੇਖੋ ਅਮਰੀਕਾ ਜਿਹੜਾ ਸੀਗਾ ਸੰਵਿਧਾਨ 1799 'ਚ ਬਣਿਆ ਅਤੇ ਵੋਟ ਪਾਉਣ ਦਾ ਅਧਿਕਾਰ ਯੂਨੀਵਰਸਲ ਅਡਲਟ ਫਰੈਂਚਾਈਜ਼ 140 ਸਾਲ ਬਾਅਦ ਮਿਲਿਆ ਉਹਨਾਂ ਨੂੰ ਜਿਹੜੇ ਗੁਲਾਮ ਸੀਗੇ ਉਹਨੂੰ 1870 ਤੋਂ ਜਾ ਕੇ ਮਿਲਿਆ ਜਿਹੜੀ ਕਿ ਨਾਮ ਉੱਥੇ ਵਾਰ ਆਫ ਇੰਡੀਪੈਂਡੈਂਸ ਇਸ ਤਰ੍ਹਾਂ ਹੀ ਫਰਾਂਸ ਦੀ ਕ੍ਰਾਂਤੀ ਤੋਂ ਬਾਅਦ ਵੋਟ ਪਾਉਣ ਦਾ ਅਧਿਕਾਰ ਨਹੀਂ ਮਿਲਿਆ ਫਿਰ ਜੇ ਮਿਲਿਆ ਤਾਂ ਸਿਰਫ ਪੁਰਖਾਂ ਨੂੰ ਮਿਲਿਆ ਇਸਤਰੀਆਂ ਨੂੰ ਮਿਲਿਆ ਨਹੀਂ ਫਿਰ ਤੀਸਰੀ ਵਾਰੀ ਜਦੋਂ ਰੈਵੋਲੂਸ਼ਨ ਆਉਂਦੀ ਹੈ 1848 ਦੀ ਉਦੋਂ ਜਾ ਕੇ ਵੋਟ ਪਾਉਣ ਦਾ ਅਧਿਕਾਰ ਮਿਲਦਾ ਹੈ ਔਰ ਬਾਅਦ ਦੇ ਵਿੱਚ ਜਾ ਕੇ ਇਸਤਰੀਆਂ ਔਰ ਇੱਕੋ ਜਿਹਾ ਸਾਧਿਕਾਰ ਇਹ ਭਾਰਤ ਨੇ ਲੋਕਾਂ ਨੇ
ਜਿਹੜਾ ਸੰਵਿਧਾਨ ਨਿਰਮਾਣ ਸਭਾ ਦੇ ਮੈਂਬਰਾਂ ਨੇ ਦੇਸ਼ ਦੇ ਜਿਹੜੇ ਕਰਨਧਾਰ ਸੀ ਉਹਨਾਂ ਨੇ ਜਨਤਾ 'ਚ ਐਡਾ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਹੈ, ਉਸ ਭਰੋਸੇ 'ਤੇ ਠੀਕ ਉਤਰਨਾ ਸਾਡਾ ਸਭ ਦਾ ਫਰਜ਼ ਹੈ। ਉਹ ਜਨਤਾ ਦਾ ਵਿਸ਼ਵਾਸ ਹੈ ਕਿ ਅਸੀਂ ਪਹਿਲੇ ਲਫ਼ਜ਼ 'ਚੋਂ ਲਿਖੇ ਨੇ ਅਸੀਂ ਭਾਰਤ ਦੇ ਲੋਕ, ਬਿਲਕੁਲ ਅਸੀਂ ਭਾਰਤ ਨੂੰ ਜੋ ਵੀ ਬਣਾਉਣਾ ਹੈ, ਜੋ ਵੀ ਸੰਵਿਧਾਨ ਬਣਾਇਆ, ਜੋ ਵੀ ਕੀਤਾ ਹੈ, ਅਤੇ ਅੱਜ ਅਸੀਂ ਸਰਕਾਰ ਬਣਾਉਣੀ ਹੈ, ਉਸ ਸੰਵਿਧਾਨ ਦੇ ਅਨੁਸਾਰ ਸਰਕਾਰ ਤਾਂ ਹੀ ਚੱਲੇਗੀ, ਤਾਂ ਹੀ ਠੀਕ ਤਰ੍ਹਾਂ ਕੰਮ ਕਰੇਗੀ, ਚਾਹੇ ਜ਼ਿੰਮੇਵਾਰੀ ਨਾਲ ਕੰਮ ਕਰੀਏ, ਉਹ ਵੋਟਰ ਜਿਹੜੇ ਅੱਗੇ ਆ ਕੇ ਵੋਟ ਸੋਚ ਸਮਝ ਕੇ ਪਾਉਣਗੇ, ਅੱਗੇ ਸਿਰਫ ਵੋਟ ਨਹੀਂ ਪਾਉਣੀ, ਸੋਚ ਸਮਝ ਕੇ ਪਾਉਣੀ ਹੈ, ਇਹ ਵੀ ਨਾਲ ਲੱਗਣਾ ਚਾਹੀਦਾ ਹੈਗਾ, ਇਹ ਜ਼ਰੂਰੀ ਬਹੁਤ ਵੱਡੀ ਗੱਲ ਹੈ। ਸੰਵਿਧਾਨ ਹੀ ਸਭ ਤੋਂ ਪਵਿੱਤਰ, ਸਭ ਤੋਂ ਉੱਚੀ ਪੁਸਤਕ ਹੈ, ਔਰ ਉਹ ਸੰਵਿਧਾਨ ਜਿਹੜਾ ਹੈ ਉਹ ਦੱਸਦਾ ਹੈ ਕਿ ਲੋਕਾਂ ਲਈ, ਲੋਕਾਂ ਦੇ ਲਈ ਅਤੇ ਲੋਕਾਂ ਦੇ ਦੁਆਰਾ ਸਰਕਾਰ ਬਣੇਗੀ, ਉਸ 'ਚ ਵੋਟਰ ਦੀ ਭੂਮਿਕਾ ਬਹੁਤ ਫਿਰ ਆ ਜਾਂਦੀ ਹੈ। ਮੀਡੀਆ ਦੀ ਗੱਲ ਕੀਤੀ ਸੀ ਬਲਕਾਰ ਸਿੰਘ ਜੀ, ਹੁਣ ਇੱਕ ਸੋਸ਼ਲ ਮੀਡੀਆ ਜਿਹੜਾ ਹੈ, ਵਟਸਐਪ ਹੈ, ਟਵਿੱਟਰ ਹੈ, ਇੰਟਰਨੈਟ ਹੈ, ਫੋਨ ਕਾਲਸ ਹੈ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਤੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਹੋ ਗਿਆ, ਉਸ 'ਚ ਤੁਸੀਂ ਕਿਵੇਂ ਵੇਖਦੇ ਹੋ ਵੀ ਅੱਜ ਕੱਲ੍ਹ ਉਹ ਨਕਾਰਾਤਮਕ ਜਾਂ ਸਕਾਰਾਤਮਕ ਤੌਰ 'ਤੇ ਇਹ ਚੋਣਾਂ ਨੂੰ ਜਾਂ ਮਤਦਾਤਾ ਦੇ ਵਿਵਹਾਰ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ? ਇਹ ਤਾਂ ਡਾਕਟਰ ਸਾਹਿਬ ਬਹੁਤ ਵੱਡਾ ਯੋਗਦਾਨ ਆ, ਜਿਹੜੇ ਵਟਸਐਪ 'ਤੇ ਤੁਸੀਂ ਦੇਖੋ ਵੀ ਬਾਈ ਦੇਵੇ, ਹੁਣ ਪਿੰਡਾਂ ਦਾ ਲਾ ਲਓ, ਸਾਡੇ ਪਿੰਡਾਂ 'ਚ ਕਈ ਵਾਰ ਲਾਈਟ ਨਹੀਂ ਹੁੰਦੀ, ਤੁਸੀਂ ਹੁਣ ਉੱਥੋਂ ਜਿਹੜੇ ਚੈਨਲਾਂ ਤੋਂ ਆਪਾਂ ਕੋਈ ਵੀ ਪ੍ਰਸਾਰਿਤ ਕਰਦੇ ਹਾਂ, ਕੋਈ ਐਡਾਂ ਆਉਂਦੀਆਂ ਜਾਂ ਕੋਈ ਚੋਣਾਂ ਸੰਬੰਧੀ ਕੋਈ ਹੈਗਾ, ਅਤੇ ਉਹ ਜਿਹੜੇ ਵਟਸਐਪ ਵਗੈਰਾ ਆ, ਇਹਨਾਂ ਨੂੰ ਆਪਾਂ ਕੋਈ ਉਲਟੀ ਕੋਈ ਵੀ ਨੈਗੇਟਿਵ ਜਾਂ ਪੋਜੀਟਿਵ ਆ, ਇੱਕਦਮ ਆਪਾਂ ਜਨਤਾ 'ਚ ਫੈਲਾ ਦਿੰਦੇ ਹਾਂ, ਔਰ ਉਹਦੇ ਨਾਲ ਕਈ ਵਾਰੀ ਮਤਲਬ ਪਾਸਾ ਹੀ ਉਲਟ ਜਾਂਦਾ ਜੀ। ਹਾਂਜੀ, ਨਹੀਂ ਇਸ ਤਰ੍ਹਾਂ ਕ੍ਰਾਂਤੀਕਾਰੀ ਪਰਿਵਰਤਨ ਆਇਆ, ਟੈਕਨੋਲੋਜੀ ਪਰਿਵਰਤਨ ਤਾਂ ਜਿਸ ਤਰ੍ਹਾਂ ਆਇਆ ਠੀਕ ਹੈ, ਪਰ ਇੱਕ ਗੱਲ ਯਾਦ ਰੱਖੋ ਵੀ ਜਿਹੜਾ ਮੀਡੀਆ ਹੈ ਕਿਸ ਹੱਦ ਤੱਕ ਉੱਤੇ, ਜਿਹੜਾ ਵਟਸਐਪ ਕਹਿ ਰਿਹਾ, ਫੇਕ ਨਿਊਜ਼ ਵੀ ਆਉਂਦੀ ਪਈ ਹੈਗੀ ਆ, ਫਾਰਵਰਡ ਵੀ ਕਰੀ ਜਾਂਦੇ, ਮੇਰੇ ਪਤਾ ਸੱਚਾਈ ਪਰਖ ਨਹੀਂ ਕਰਦੇ, ਕੁਛ ਨਹੀਂ ਕਰਦੇ, ਆਪਣੀ ਅਕਲ ਨੂੰ ਸਾਹਮਣੇ ਰੱਖ ਕੇ ਵੀ ਕਰਨਾ ਚਾਹੀਦਾ ਸਾਰਾ ਕੁਛ, ਉਹਦਾ ਸਾਥ ਨਹੀਂ ਛੱਡਣਾ ਚਾਹੀਦਾ ਰੀਜ਼ਨ ਨੂੰ, ਦੇਸ਼ ਦਾ ਹਿੱਤ, ਕਿਉਂਕਿ ਦੇਖੋ ਇਹੋ ਜਿਹੀ ਇਨਫੋਰਮੇਸ਼ਨਸ ਆ ਰਹੀਆਂ, ਜਿਹੜਾ ਫੋਨ ਆ ਜਾਂਦੀ ਹੈਗੀ ਆ, ਖਬਰਾਂ ਆ ਜਾਂਦੀਆਂ ਹੈਗੀਆਂ, ਇੱਕ ਆਮ ਜਨਤਾ ਨੂੰ ਪਤਾ ਹੁੰਦਾ ਕਿ ਵੀ ਕੀ ਹੈ ਕੀ ਨਹੀਂ, ਅਸੀਂ ਫਿਲਟਰ ਲਗਾਉਣਾ ਚਾਹੀਦਾ, ਚਾਨਣੀ ਲਗਾਉਣੀ ਚਾਹੀਦੀ ਹੈ ਵੀ ਆਪ ਫੈਸਲਾ ਕਰੇ ਵੀ ਕਿਹੜੀ ਖਬਰ ਠੀਕ ਹੈ, ਕਿਹੜੀ ਖਬਰ ਗਲਤ ਹੈ। ਇੱਕ ਗੱਲ ਜੀ, ਜਦੋਂ ਸਭ ਤੋਂ ਜਦੋਂ ਅਸੀਂ ਰਾਜਨੀਤੀ ਸ਼ਾਸਤਰ ਦਾ ਪਿਤਾ ਮੰਨਦੇ ਅਰਿਸਟੋਟਲ, ਉਹਨੇ ਇੱਕ ਲਫ਼ਜ਼ ਇਸਤੇਮਾਲ ਕੀਤਾ ਸੀਗਾ, ਮਿਡਲ ਕਲਾਸ ਕਾਮਨ ਸੈਂਸ, ਕਿ ਜਿਸ ਦੇਸ਼ ਦੇ ਵਿੱਚ ਆਮ ਜਨਤਾ, ਜਿਹੜੀ ਮਿਡਲ ਕਲਾਸ ਦਾ ਮਤਲਬ ਆਮ ਜਨਤਾ, ਆਮ ਜਨਤਾ ਜਿਹੜੀ ਆਪਣੀ ਚੇਤਨਾ ਸ਼ਕਤੀ ਦੇ ਨਾਲ ਜੋ ਸੋਚ ਸਕਦੀ ਆ ਔਰ ਜੋ ਫੈਸਲੇ ਕਰ ਸਕਦੀ ਆ, ਉਹਦਾ ਕੋਈ ਮੁਕਾਬਲਾ ਨਹੀਂ। ਜਨਤਾ ਹੀ ਪ੍ਰਭੂ ਹੈ, ਲੋਕਤੰਤਰ ਦਾ ਨਾਰਾ ਹੈ, ਪੀਪਲ ਆਰ ਸੋਵਰਨ ਵੀ ਹੈ, ਪ੍ਰਭੂ ਅਸੀਂ ਮੰਨਦੇ ਹੈਗੇ ਹਾਂ, ਤਾਂ ਉਹ ਸੋਚੋ, ਅਸੀਂ ਪ੍ਰਭੂ ਤਾਂ ਨਹੀਂ ਪਰ ਪ੍ਰਭੂ ਦੇ ਅੰਸ਼ ਤਾਂ ਹੈਗੇ ਆ ਨਾ ਆਪਣੇ, ਅਸੀਂ ਭਗਵਾਨ ਜੀ ਨੂੰ ਵੀ ਮੰਨਦੇ ਹੈਗੇ ਹਾਂ, ਸਾਰਿਆਂ ਦੇ ਅੰਸ਼ ਤਾਂ ਹੈਗੇ ਆ ਨਾ, ਉਹ ਅੰਦਰ ਬੈਠਾ ਹੈ, ਤਾਂ ਸੋਚ ਸਮਝ ਕੇ ਕੰਮ ਕਰੋ ਮੀਡੀਆ ਵਿੱਚ, ਔਰ ਦੇਖੋ ਹੁਣ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ, ਇੱਕ ਮੀਡੀਆ ਇੱਕ ਗੱਲ ਕਰ ਰਿਹਾ, ਦੂਜਾ ਮੀਡੀਆ ਦੂਜੀ ਗੱਲ ਕਰ ਰਿਹਾ, ਤੀਜਾ ਮੀਡੀਆ ਤੀਜੀ ਗੱਲ ਕਰ ਰਿਹਾ, ਤਾਂ ਇਹਦਾ ਮਤਲਬ ਇਹੀ ਹੈ ਵੀ ਤੁਸੀਂ ਆਪਣਾ ਫੈਸਲਾ ਕਰਨਾ। ਇਹ ਪ੍ਰਚਾਰ ਵਾਲਾ ਹਾਲ ਹੀ ਹੈ ਜੀ, ਸਾਬਣ ਦਾ ਪ੍ਰਚਾਰ, ਹਰ ਟੈਲੀਵਿਜ਼ਨ ਦਾ, ਹਰ ਸਾਬਣ ਦਾ ਪ੍ਰਚਾਰ ਆ ਜਾਂਦਾ, ਫਿਰ ਤੁਸੀਂ ਕਿਹੜਾ ਵਰਤਣਾ ਸਾਬਣ, ਉਹ ਤੁਹਾਡੇ ਡਿਪੈਂਡ ਕਰਦਾ ਹੈ, ਫੈਸਲਾ ਜਿਹੜਾ ਹੈ ਵੋਟਰ ਨੇ ਕਰਨਾ ਹੈ, ਪ੍ਰਚਾਰ ਹੁੰਦਾ ਰਹੇਗਾ, ਇਲੈਕਟ੍ਰੋਨਿਕ ਮੀਡੀਆ ਵੀ, ਪ੍ਰਿੰਟ ਮੀਡੀਆ ਵੀ, ਸੋਸ਼ਲ ਮੀਡੀਆ ਵੀ ਆਪਣੀਆਂ ਗੱਲਾਂ ਦੱਸੇਗਾ, ਬਿਲਕੁਲ, ਪਰ ਫੈਸਲਾ ਲੋਕਾਂ ਨੇ ਕਰਨਾ, ਬਿਲਕੁਲ ਬਿਲਕੁਲ, ਲੋਕਾਂ ਨੇ ਸੋਚਣਾ ਹੈ ਕਿ ਬਟਨ ਕਿੱਥੇ ਦਬਾਉਣਾ, ਕਿਹਦੇ ਵਾਸਤੇ ਦਬਾਉਣਾ ਹੈ, ਔਰ ਆਪਣੇ ਆਪ 'ਚ ਪੂਰੀ ਪਾਰਦਰਸ਼ਿਤਾ ਹੈ। VVPAT ਦਾ ਜਿਸ ਤਰ੍ਹਾਂ ਜ਼ਿਕਰ ਹੋਇਆ, ਇਸ ਤਰ੍ਹਾਂ ਹੋਰ ਸਾਰੇ ਪ੍ਰਾਵਧਾਨ ਕੀਤੇ ਗਏ ਨੇ ਕਿ ਜਿਹੜਾ ਸਾਡਾ ਲੋਕਤੰਤਰ ਹੈ ਪਹਿਲੇ ਨਾਲੋਂ ਜ਼ਿਆਦਾ ਮਜ਼ਬੂਤ ਹੈ, ਪਹਿਲੇ ਨਾਲੋਂ ਜ਼ਿਆਦਾ ਇੱਕ ਉੱਚ ਪੱਧਰੀ ਲੋਕਤੰਤਰ ਅਸੀਂ ਕਹਿ ਸਕਦੇ ਹਾਂ। ਬਹੁਤ ਸਾਰੇ ਦੇਸ਼ ਆਪਣੇ ਨਿਰੀਖਕ ਭੇਜਦੇ ਨੇ ਵੀ ਤੁਸੀਂ ਦੇਖੋ ਹਿੰਦੁਸਤਾਨ 'ਚ ਕਿਵੇਂ ਚੋਣਾਂ ਹੋ ਰਹੀਆਂ ਨੇ, ਮਤਲਬ ਇਹ ਇੱਕ ਬਹੁਤ ਛੋਟੀ ਗੱਲ ਨਹੀਂ ਹੈ, ਬਹੁਤ ਬੜੀ ਗੱਲ ਹੈ ਕਿ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ ਪ੍ਰਤੀਨਿਧੀ ਚੁਣ ਕੇ ਭੇਜਣੇ, 90 ਕਰੋੜ ਵੋਟਰ ਜਿਸ ਮੁਲਕ ਦੇ ਨੇ, ਔਰ 90 ਕਰੋੜ ਵੋਟਰ ਸ਼ਾਂਤੀਪੂਰਨ ਤਰੀਕੇ ਨਾਲ, ਵਿਵਸਥਿਤ ਤਰੀਕੇ ਨਾਲ ਵੋਟਾਂ ਪਾਉਣ, ਉਹਦੇ ਮੁਤਾਬਕ ਸਰਕਾਰ ਬਣੇ। ਸਰਕਾਰ ਜਿਹੜੀ ਬਣਦੀ ਹੈ, ਜੋ ਵੀ ਹੈ ਬਣਾਈ ਤਾਂ ਲੋਕਾਂ ਨੇ ਹੀ ਹੈ, ਬਿਲਕੁਲ ਬਿਲਕੁਲ ਬਿਲਕੁਲ, ਔਰ ਨਿਯਮਿਤ ਆਪਣਾ ਟਾਈਮ ਪੂਰਾ ਕਰਦੀ ਹੈ, ਸਾਨੂੰ ਇਸ ਗੱਲ ਦਾ ਮਾਣ ਹੈ। ਫਿਰ ਵੀ ਬਲਕਾਰ ਸਿੰਘ ਜੀ, ਕਈ ਵਾਰੀ ਇਹ ਕਿਹਾ ਜਾਂਦਾ ਹੈ ਵੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ, ਆਪਣੀ ਭੂਮਿਕਾ ਸਹੀ ਪਹਿਚਾਣ ਵਾਸਤੇ ਬਹੁਤ ਕੁਝ ਕਰਨ ਦੀ ਲੋੜ ਹੈ, ਤੁਹਾਡੇ ਖਿਆਲ ਨਾਲ ਕਿਤੇ ਨਾ ਕਿਤੇ ਕੋਈ ਕਮੀ ਹੈ ਜਿਸ ਨੂੰ ਸੁਧਾਰਨ ਦੀ ਲੋੜ ਹੈ, ਇੰਨੇ ਸਾਲਾਂ ਬਾਅਦ ਵੀ, ਹੁਣ 17ਵੀਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ? ਦੇਖੋ ਡਾਕਟਰ ਸਾਹਿਬ, ਕੋਈ ਜਿਸ ਤਰ੍ਹਾਂ ਪੰਜਾਬ 'ਚ ਕਹਿੰਦੇ ਨੇ ਵੀ ਕਈ ਨਸ਼ੇ ਵੇਚਦੇ, ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਹੈਗਾ ਇਸ ਦੇ ਵਿੱਚ ਥੋੜ੍ਹੀ ਜਿਹੀ ਐਡ ਕਰਨਾ, ਬਲਕਾਰ ਸਿੰਘ ਤੁਸੀਂ ਇਹ ਜਿਹੜਾ ਗੱਲ ਕਰ ਲਈ ਆਪਾਂ, ਕਿ ਤਕਰੀਬਨ ਹਰ ਦੇਸ਼ ਦੇ ਵਿੱਚ 50 51 ਦਾ ਫਰਕ ਹੁੰਦਾ ਇਸਤਰੀਆਂ ਔਰ ਪੁਰਖਾਂ ਦੇ ਵਿੱਚ।
ਮੈਂ ਸਮਝਦਾ ਕਿ ਹਾਲੇ ਵੀ ਸਾਡੇ ਪਿੰਡ ਦੇ ਪਿੰਡਾਂ ਦੇ ਵਿੱਚ ਔਰਤਾਂ ਜਿਹੜੀਆਂ ਵੋਟ ਪਾਉਣ ਆਉਂਦੀਆਂ ਪਾਉਂਦੀਆਂ ਵੋਟ ਪਾਉਣ ਜਾਂਦੀਆਂ ਹੈਗੀਆਂ, ਪਰ ਕਈ ਤਾਂ ਆਪਣੇ ਘਰ ਵੱਲ ਦੇ ਕਹਿਣ ਦੇ ਉੱਤੇ ਜਾਂ ਭਰਾਵਾਂ ਦੇ ਕਹਿਣ ਦੇ ਉੱਤੇ ਉੱਦਾਂ ਹੀ ਵੋਟਾਂ ਪੈ ਜਾਂਦੀਆਂ ਹੈਗੀਆਂ। ਫਿਰ ਤੁਸੀਂ ਇਹ ਵੀ ਦੇਖੋ ਕਿ ਬਈ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵੀ ਇਹ ਗੱਲ ਹੈਗੀ ਹੈ ਕਿ ਜ਼ਬਰਦਸਤੀ ਕਰਕੇ ਪੈਰੀ ਹੱਥ ਲਾ ਕੇ ਵੋਟ ਪਾਉਣ ਦੇ ਲੋਕ ਕੋਸ਼ਿਸ਼ ਕਰਦੇ ਨੇ, ਹਰ ਤਰੀਕਾ ਅਪਣਾਉਂਦੇ ਨੇ, ਠੀਕ ਹੈ, ਜਿਹੜੇ ਕੈਂਡੀਡੇਟ ਹੁੰਦੇ ਨੇ ਉਹ ਹੀ ਬਣਾਉਂਦੇ ਨੇ। ਇਹ ਸਾਰੀ ਚੀਜ਼ਾਂ ਤੋਂ ਛੋਟੀ ਛੋਟੀ ਗੱਲਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਹਿੱਤ ਨੂੰ ਸਾਹਮਣੇ ਰੱਖ ਕੇ, ਦੇਸ਼ ਦੀ ਜ਼ਰੂਰਤਾਂ ਨੂੰ ਸਾਹਮਣੇ ਰੱਖ ਕੇ ਹਰ ਬੰਦਾ ਪਾਸ ਹੁਣ ਪਤਾ ਹੁੰਦਾ ਕੀ ਹੈ ਕੀ ਨਹੀਂ ਹੈਗਾ। ਸਭ ਤੋਂ ਵੱਡੀ ਗੱਲ ਹੈ ਕਿ ਅਨਪੜ੍ਹਤਾ ਤੋਂ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਹੈਗੀ ਆ ਉਹ ਉਦਾਸੀਨਤਾ ਅਤੇ ਅਗਿਆਨਤਾ, ਦੋ ਵੱਡੇ ਦੁਸ਼ਮਣ ਨੇ। ਇੱਕ ਤਾਂ ਉਦਾਸੀਨਤਾ ਨਹੀਂ ਹੋਣੀ ਚਾਹੀਦੀ ਹੈ, ਰੁਚੀ ਲਓ, ਇਲੈਕਸ਼ਨ ਕਰਨਾ, ਇਹ ਸਾਡਾ ਫਿਊਚਰ ਹੈਗਾ। ਮੈਂ ਇੱਕ ਐਗਜ਼ਾਮਪਲ ਦਿੰਦਾ, ਅਗਰ ਇਸਤਰੀਆਂ ਵੋਟ ਪਾਉਣਾ ਸ਼ੁਰੂ ਕਰ ਦੇਣ ਹੈਗੀਆਂ, ਅੱਗੇ ਅਸੀਂ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ, ਇੰਪਾਵਰਮੈਂਟ ਦਾ ਪਹਿਲੀ ਗੱਲ ਇਹ ਹੈ ਕਿ ਜੋ ਵੋਟਿੰਗ ਰਾਈਟ ਮਿਲਿਆ ਉਹਦਾ ਇਸਤੇਮਾਲ ਕਰੋ ਔਰ ਆਪਣੀ ਮਰਜ਼ੀ ਦੇ ਨੁਮਾਇੰਦੇ ਚੁਣ ਕੇ ਭੇਜੋ ਅਤੇ ਇੰਪਾਵਰਮੈਂਟ ਦਾ ਪ੍ਰੋਸੈਸ ਤੋਂ ਸ਼ੁਰੂ ਹੋ ਜਾਏਗਾ। ਕੋਈ ਵੀ ਚੀਜ਼ ਲੈ ਲਓ, ਆਪਣੇ ਘਰ ਤੋਂ ਸ਼ੁਰੂ ਕਰੋ, ਇਸ ਤਰ੍ਹਾਂ ਦੀ ਇੱਕ ਜ਼ਰੂਰਤ ਹੋਣੀ ਚਾਹੀਦੀ ਹੈਗੀ ਹੈ। ਅਸੀਂ ਇੱਕ ਤਾਂ ਕਿਹਾ ਫਾਰਮਲ ਐਜੂਕੇਸ਼ਨ ਜਿੱਦਾਂ ਜਾਂ ਫਾਰਮਰ ਪ੍ਰਚਾਰ, ਅਸੀਂ ਵੀ ਅੱਜ ਬੈਠੇ ਪ੍ਰੋਗਰਾਮ ਕਰ ਰਹੇ ਹਾਂ ਜਨਤਾ ਨੂੰ ਕਹਿ ਰਹੇ ਹੈਗੇ ਉਪਚਾਰਿਕ ਤਰੀਕੇ ਨਾਲ, ਲੇਕਿਨ ਜਦੋਂ ਅਸੀਂ ਆਪਸ 'ਚ ਬੈਠ ਕੇ ਗੱਲਾਂ ਕਰਦੇ ਹੈਗੇ ਤਾਂ ਉਸ ਵੇਲੇ ਇਹ ਫੈਸਲਾ ਆਪਣੇ ਦੱਸੋ ਨਾ ਕਿਸੇ ਨੂੰ, ਪਰ ਸਮਝੋ ਤਾਂ ਸਹੀ ਵੀ ਕੀ ਹੁੰਦਾ, ਕਿਸ ਤਰ੍ਹਾਂ ਨਹੀਂ ਹੁੰਦਾ। ਹਰ ਰਿਕਸ਼ਾ ਵਾਲਾ, ਹਰ ਦੁਕਾਨਦਾਰ, ਹਰ ਵਪਾਰੀ ਇੱਕ ਸਮਾਨ ਵੋਟਰ ਹੈ, ਚਰਚਾ ਜ਼ਰੂਰ ਕਰਦਾ ਹੈਗਾ। ਪਰ ਇਹ ਖੁਸ਼ੀ ਦੀ ਗੱਲ ਹੈ ਕਿ ਜਦੋਂ ਵੀ ਸਰਕਾਰ ਦੇ ਵਿੱਚ ਪਰਿਵਰਤਨ ਦੇ ਜਾਂ ਬਣਾਏ ਰੱਖਣ ਦੀ ਜ਼ਰੂਰਤ ਪਈ ਹੈ, ਸਾਡੇ ਵੋਟਰਾਂ ਨੇ ਬੜੇ ਸਮਝਦਾਰੀ ਦੇ ਨਾਲ ਕੰਮ ਕੀਤਾ ਹੈਗਾ, ਇਤਿਹਾਸ ਦੱਸਦਾ ਹੈ। ਪਰ ਇੱਥੇ ਇੱਕ ਸੋਚਣ ਵਾਲੀ ਗੱਲ ਇਹ ਵੀ ਹੈ ਵੀ ਜਿਸ ਤਰ੍ਹਾਂ ਹੁਣ ਪੰਜਾਬ 'ਚ 19 ਤਰੀਕ ਨੂੰ ਵੋਟਾਂ ਪੈਣੀਆਂ, ਕੀ ਸਿਰਫ ਵੋਟ ਪਾਉਣ ਦੇ ਨਾਲ ਹੀ ਵੋਟਰ ਦੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ? ਨਹੀਂ ਨਹੀਂ, ਸਿਰਫ ਇੱਕ ਦਿਨ ਤਾਂ ਨਹੀਂ ਹੈ ਉਹਦੀ ਵੋਟ, ਹੋਰ ਉਹਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਇਹ ਕਹੀਏ ਉਹਦੇ ਲਈ ਲੋਕਤੰਤਰ ਸਿਰਫ ਇੱਕ ਦਿਨ ਲਈ ਨਹੀਂ ਹੈ, ਉਹਨੇ ਸਾਰਾ ਟਾਈਮ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਹੈ। ਬਿਲਕੁਲ। ਹੁਣ ਅਸ਼ਵਨੀ ਜੀ ਇੱਕ ਬੜਾ ਵਧੀਆ ਗੱਲ ਹੋ ਗਈ ਹੈ, ਹੁਣ ਅੱਗੇ ਲੋਕਾਂ ਨੂੰ ਕੁਝ ਪਤਾ ਨਹੀਂ ਸੀ ਹੁੰਦਾ, ਹੁਣ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ, ਪ੍ਰੈਸ ਤੁਹਾਡੇ ਕੋਲ ਹੈਗੀ ਹੈ, ਹੁਣ ਤਾਂ ਲੋਕਪਾਲ ਦੀ ਨਿਯੁਕਤੀ ਵੀ ਹੋ ਜਾ ਰਹੀ ਹੈਗੀ ਹੈ, ਤੁਸੀਂ ਕਰਪਸ਼ਨ ਦੇ ਕੇਸਿਸ ਜਿਹੜੇ ਜਾ ਰਹੀ ਹੈਗੀ ਹੈ, ਇਹੋ ਜਿਹੀ ਮਸ਼ੀਨਰੀ ਕ੍ਰੀਏਟ ਕੀਤੀ ਜਾ ਰਹੀ ਹੈਗੀ ਹੈ। ਔਰ ਮੈਂ ਇੱਕ ਖੁਸ਼ੀ ਦੀ ਗੱਲ ਹੋਰ ਵੀ ਹੈ ਸਰ ਕਿ ਜਿਸ ਤਰ੍ਹਾਂ ਸਾਡੇ ਪੜ੍ਹਨ ਦੇ ਵਾਲਿਆਂ ਦੀ ਗਿਣਤੀ ਜਿਹੜੇ ਹਾਈ ਪ੍ਰੋਫੈਸ਼ਨਲਸ ਹੈਗੇ ਨੇ, ਜਿਸ ਤਰ੍ਹਾਂ ਕਿ ਵੱਡੇ ਤੋਂ ਵੱਡੇ ਜਿਹੜੇ ਅਹੁਦਿਆਂ ਦੇ ਉੱਤੇ ਅੱਜ ਹਿੰਦੁਸਤਾਨੀ ਦੁਨੀਆ ਭਰ 'ਚ ਬੈਠੇ ਹੋਏ ਹੈਗੇ ਨੇ, ਇਸ ਗੱਲ ਦਾ ਸਬੂਤ ਹੈ ਕਿ ਅਸੀਂ ਆਪਣੇ 'ਚ ਉਹ ਕਾਬਲੀਅਤ ਹੈਗੀ ਹੈ, ਅਸੀਂ ਦੁਨੀਆ ਦੇ ਨਾਲ ਪੂਰਾ ਮੁਕਾਬਲਾ ਕਰ ਸਕਦੇ ਹਾਂ। ਸਿਰਫ ਜਾਗਰੂਕਤਾ ਹੋਣ ਦੀ ਗੱਲ ਹੈ ਕਿ ਉਦਾਸੀਨਤਾ ਨਹੀਂ ਰਹਿਣਾ ਹੈਗਾ, ਇਸ ਨੂੰ ਇੱਕ ਫਰਜ਼ ਸਮਝ ਕੇ ਨਾਲ ਉਹਦੀ ਮਹੱਤਤਾ ਨੂੰ ਪਛਾਣ ਕੇ ਕਿ ਇਹਦਾ ਫਰਕ ਨਹੀਂ, ਹੁਣ ਜਿਸ ਤਰ੍ਹਾਂ ਗੱਲ ਕੀਤੀ ਸੀ ਕਿ ਲਾਲਚ ਵਿੱਚ ਆ ਕੇ ਕੋਈ ਪੈਸਾ ਲੈ ਲੈਂਦਾ, ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਅੱਜ ਅਗਰ ਇਹਨੇ ਕੋਈ ਲਾਲਚ ਕਰ ਲਿਆ ਤਾਂ ਕਮ ਸੇ ਕਮ 5 ਸਾਲ ਤਾਂ ਉਹਨੂੰ ਉਹ ਭੁਗਤਣਾ ਪੈਣਾ ਹੈਗਾ। ਆਪਣਾ ਅੱਗਾ ਖਰਾਬ ਕਰਨ ਵਾਲੀ, ਆਪਣਾ ਜਿਹੜਾ ਭਵਿੱਖ ਹੈ ਉਹ ਖਰਾਬ ਕਰਨ ਵਾਲੀ ਗੱਲ ਹੈਗੀ ਹੈ, ਆਪਣੇ ਵਰਤਮਾਨ ਤੋਂ ਭਵਿੱਖ ਦਾ ਨਿਰਮਾਣ ਕਰੋ, ਭਵਿੱਖ ਖਰਾਬ ਨਾ ਕਰੋ, ਇਹ ਸੋਚਣਾ ਚਾਹੀਦਾ। ਬਲਕਾਰ ਸਿੰਘ ਜੀ, ਤੁਸੀਂ ਬਤੌਰ ਸਮਾਜ ਸੇਵੀ ਲੋਕਾਂ 'ਚ ਵਿਚਰਦੇ ਹੋ, ਤੁਸੀਂ ਇਹਨਾਂ ਦਿਨਾਂ 'ਚ ਵੀ ਲੋਕਾਂ ਵਿੱਚ ਕੰਮ ਕਰ ਰਹੇ ਹੋ, ਜਿਹੜਾ ਆਮ ਜਨਤਾ ਜਿਹੜੇ ਵੋਟਰ ਹੈ, ਕੀ ਸੋਚਦਾ ਹੈ ਵੋਟਰ, ਕੀ ਉਹਦੇ ਕੋਲ ਉਮੀਦਾਂ ਹੁੰਦੀਆਂ ਨੇ ਵੀ ਮੈਂ ਜੇ ਵੋਟ ਪਾਵਾਂਗਾ ਤਾਂ ਉਸਦੇ ਬਦਲੇ ਜਿਹੜੇ ਵਿਅਕਤੀ ਨੂੰ ਮੈਂ ਚੁਣਦਾ ਹਾਂ ਉਹਨੇ ਇਸ ਤਰ੍ਹਾਂ ਦੀ ਪਰਫੋਰਮੈਂਸ ਜਾਂ ਕਾਰਗੁਜ਼ਾਰੀ ਉਹਨੂੰ ਕਰਨੀ ਚਾਹੀਦੀ ਹੈ? ਦੇਖੋ ਜੀ ਡਾਕਟਰ ਸਾਹਿਬ, ਕੋਈ ਵੀ ਵੋਟਰ ਆ ਆਪਣੇ ਹਿੰਦੁਸਤਾਨ ਦੇ ਲੈ ਲਓ, ਠੀਕ ਹੈ ਨਾ, ਹਰੇਕ ਨੂੰ ਹੁੰਦਾ ਵੀ ਮਤਲਬ ਜਿਹੜੇ ਆਮ ਮੁੱਢਲੀਆਂ ਲੋੜਾਂ ਜਿਹੜੀਆਂ ਉਹ ਤਾਂ ਜਿਹੜੇ ਆਮ ਬੰਦੇ ਹੁੰਦੇ ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਆਹ ਸਵਾਰ ਦਿਓ, ਆਹ ਸਵਾਰ ਦਿਓ, ਅਸੀਂ ਉਸ ਬੰਦੇ ਨੂੰ ਨੁਮਾਇੰਦੇ ਨੂੰ ਭੇਜੀਏ ਵੀ ਜਿਹੜਾ ਸਾਡੇ ਕੰਮ ਆਵੇ, ਦੇਸ਼ ਦੇ ਕੰਮ ਆਵੇ। ਠੀਕ ਹੈ, ਉਹ ਇੱਕ ਮੈਨੀਫੈਸਟੋ ਵੀ ਦਿੰਦੇ ਆ, ਇੱਕ ਲਿਸਟ ਜਾਰੀ ਕਰਦੇ ਵੀ ਜੇ ਅਸੀਂ ਪਾਵਰ 'ਚ ਆਏ ਤਾਂ ਅਸੀਂ ਇਹ ਕੰਮ ਕਰਾਂਗੇ, ਉਹ ਵਾਅਦੇ ਉਹਨਾਂ ਦੇ ਪੂਰੇ ਲੋਕ ਮੰਨਦੇ ਆ ਵੀ ਹੁੰਦੇ ਆ ਨਹੀਂ ਹੁੰਦੇ? ਦੇਖੋ ਡਾਕਟਰ ਸਾਹਿਬ, ਇੱਦਾਂ ਹੁਣ ਜੋ 70 ਸਾਲ ਹੋ ਗਏ ਜੀ, ਠੀਕ ਹੈ ਨਾ, ਉਹ ਹਰੇਕ ਵਾਰੀ ਜਿਹੜੀਆਂ ਇਹ ਤਾਂ ਪ੍ਰਲੋਭਨ ਹੋ ਗਏ ਨਾ ਆਪਾਂ ਕਹਾਂਗੇ ਵੀ ਉਹਨਾਂ ਨੇ ਆਪਣੇ ਮੈਕਸੀਮਮ ਪਾਰਟੀ ਨੂੰ ਜਿਤਾਉਣ ਲਈ, ਆਪਣੇ ਨੁਮਾਇੰਦੇ ਨੂੰ ਜਿਤਾਉਣ ਲਈ ਹਰੇਕ ਮਾਈਕ ਫੜ ਕੇ ਕਹਿੰਦੇ ਮੈਂ ਆਹ ਕੰਮ ਕਰ ਦੂੰਗਾ, ਤੁਹਾਨੂੰ ਆਹ ਕਰ ਦਿਆਂਗਾ, ਪਰ ਇਹ ਆ ਵੀ ਜਨਤਾ ਨੂੰ ਜਿਹੜੇ ਵੋਟਰਾਂ ਨੂੰ ਸੋਚਣਾ ਹੁੰਦਾ ਵੀ ਇਹ ਜਿਹੜੇ ਬੰਦੇ ਪਿਛਲੀ ਵਾਰੀ ਇਹਨਾਂ ਨੂੰ ਸਿਲੈਕਟ ਕੀਤਾ ਸੀ, ਇਹਨਾਂ ਨੇ ਆਹ ਕੀ ਕੀਤਾ, ਹੁਣ ਨੁਮਾਇੰਦੇ ਅਸੀਂ ਭੇਜੇ ਆ, ਉਹਨਾਂ ਨੇ ਸਾਡਾ ਕੋਈ ਮਤਲਬ ਸਵਾਰਿਆ ਕਿ ਨਹੀਂ ਸਵਾਰਿਆ, ਉਹਨਾਂ ਦੀ ਬੈਲੈਂਸ ਸ਼ੀਟ ਬਣਾਉਂਦਾ ਹੈ ਜਿਹੜਾ ਵੋਟਰ ਹੈ, ਉਹ ਦੇਖਦਾ ਹੈ ਵੀ ਇਹਦਾ ਖਾਤਾ ਕਿਸ ਤਰ੍ਹਾਂ ਹੈ, ਇਹਦਾ ਜਮ੍ਹਾਂ ਘਟਾ ਜਿਹੜਾ ਕਿਵੇਂ, ਇਹਨੇ ਕੋਈ ਸਾਡੇ ਕੰਮ ਨਹੀਂ ਆਇਆ, ਦੇਸ਼ ਦੇ ਕੰਮ ਨਹੀਂ ਆਇਆ ਵੀ ਛੱਡੋ ਵੀ ਆਪਾਂ ਇਹਨੂੰ ਐਦਗੀ ਰਹਿਣ ਦੇਣਾ, ਉਹ ਫਿਰ ਘਰ 'ਚ ਵੀ ਸਲਾਹ ਕਰਦਾ ਵੀ ਛੱਡੋ ਆਪਾਂ, ਹਾਂਜੀ ਹਾਂ, ਕਾਰਗੁਜ਼ਾਰੀ ਦੇ ਆਧਾਰ ਦੇ ਉੱਪਰ ਉਹਨੂੰ ਸਾਰਾ ਕੁਛ ਜਿਹੜਾ ਉਮੀਦਵਾਰ ਹੈ। ਵੈਸੇ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਵੀ ਮਤਦਾਤਾ ਜਿਹੜਾ ਹੈ ਉਹ ਕੇਂਦਰ ਬਿੰਦੂ ਹੈ ਸਾਰੀ ਚੋਣ ਪ੍ਰਕਿਰਿਆ ਦਾ, ਪਰ ਸਰ ਇੱਕ ਆਦਰਸ਼ ਵੋਟਰ ਬਤੌਰ ਟੀਚਰ, ਇੱਕ ਸਿੱਖਿਆ ਸ਼ਾਸਤਰੀ, ਖਾਸ ਕਰਕੇ ਰਾਜਨੀਤੀ ਸ਼ਾਸਤਰ ਦੇ ਮਾਹਿਰ ਹੋਣ ਦੇ ਨਾਤੇ,
ਜੇ ਅਸੀਂ ਸੋਚੀਏ ਵੀ ਆਦਰਸ਼ ਵੋਟਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਭਾਰਤ ਵਿੱਚ, ਬੇਸ਼ੱਕ 100% ਉਸ ਤਰ੍ਹਾਂ ਦੇ ਅਸੀਂ ਨਹੀਂ ਅਜੇ ਬਣੇ, ਲੇਕਿਨ ਕੁਛ ਖਾਮੀਆਂ ਤਾਂ ਹਾਂ। ਤੁਸੀਂ ਕਿਵੇਂ ਸੋਚਦੇ ਹੋ ਵੀ ਇਹ ਆਦਰਸ਼ ਵੋਟਰ ਦੀ ਤਸਵੀਰ ਹੈ ਭਾਰਤ ਦੀ, ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਕਿ ਹਰ ਵੋਟਰ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ, ਸਵਾਭਿਮਾਨ ਹੋਣਾ ਚਾਹੀਦਾ ਹੈ, ਔਰ ਇਸ ਦਾ ਵਿਸ਼ਵਾਸ ਆਪਣੇ ਲੋਕਤੰਤਰ 'ਚ ਵਿਸ਼ਵਾਸ ਵੀ ਰੱਖਣਾ, ਔਰ ਸਵਾਭਿਮਾਨ ਹੋਣਾ ਚਾਹੀਦਾ ਕਿ ਮੈਂ ਇਸ ਲੋਕਤੰਤਰ ਦਾ ਹਿੱਸਾ ਹਾਂ। ਔਰ ਜਿਸ ਲਈ ਉਹ ਮਾਣ ਸਨਮਾਨ ਆਪਣਾ ਆਪਣਾ ਸਨਮਾਨ ਦੇਖੇਗਾ ਉਸ ਦੇ ਵਿੱਚ, ਤਾਂ ਉਹ ਜ਼ਰੂਰ ਬਰ ਜ਼ਰੂਰ ਸਹੀ ਸੋਚੇਗਾ। ਅਸੀਂ ਮੈਂ ਸਮਝਦਾ ਹੈਗਾ ਵਾਂ, ਆਦਮੀ ਜਦੋਂ ਵੀ ਕੋਈ ਗਲਤ ਕੰਮ ਕਰਦਾ ਉਹਦੇ ਦਿਮਾਗ 'ਚ ਪਤਾ ਹੁੰਦਾ ਕਿ ਮੈਂ ਗਲਤ ਕੰਮ ਕਰ ਰਿਹਾ ਹੈਗਾ, ਕਿ ਮੈਂ ਕਿਸ ਤਰ੍ਹਾਂ ਹੈਗਾ। ਉਹ ਸਿਰਫ ਇੰਨੀ ਗੱਲ ਹੁੰਦੀ, ਹਰ ਇੱਕ ਨੂੰ ਪਤਾ ਹੁੰਦਾ, ਚੋਰ ਨੂੰ ਚੋਰੀ ਕਰਨ ਲੱਗਿਆ ਪਤਾ ਹੁੰਦਾ ਕਿ ਮੈਂ ਚੋਰੀ ਕਰਦਾ ਪਿਆ, ਤਾਂ ਹੀ ਬੜਾ ਨੇੜੇ 'ਚ ਆਉਂਦਾ ਜਾਂ ਕਿਸ ਤਰ੍ਹਾਂ ਆਉਂਦਾ। ਖੁੱਲ੍ਹ ਕੇ ਆਉਣਾ ਚਾਹੀਦਾ, ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਤੁਹਾਨੂੰ, ਕਰੋ, ਪਰ ਸੋਚ ਸਮਝ ਕੇ ਗੱਲ ਕਰੋ। ਇਹ ਨਹੀਂ ਕਿ ਕੋਈ ਵੀ ਗੱਲ ਕਰਨੀ ਅਧਿਕਾਰ ਹੈ, ਜੋ ਵੀ ਗੱਲ ਕਰੀਏ ਜੋ ਕੰਮ ਕਰਨਾ, ਦੇਸ਼ ਦੇ ਸਾਹਮਣੇ ਜੋ ਮੁੱਦੇ ਹੈ ਉਹਨਾਂ ਦੇ ਆਧਾਰ ਦੇ ਉੱਤੇ ਦੇਸ਼ ਦੇ ਹਿੱਤ ਵਿੱਚ ਔਰ ਦੇਸ਼ ਦੇ ਵਿਕਾਸ ਨੂੰ ਦੇਖਦਿਆਂ ਹੋਇਆਂ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਦੇਸ਼ ਉਨੀ ਉੱਨਤੀ ਕਰ ਜਾਏ ਜਿੰਨਾ ਕਿ ਬਾਕੀ ਦੇਸ਼ ਕੀਤੇ ਹੋਏ ਨੇ, ਪਰ ਉਹਦੇ ਵਾਸਤੇ ਅੱਗੇ ਵੀ ਤਾਂ ਆਓ ਨਾ, ਕਮ ਸੇ ਕਮ ਇੱਕ ਪਹਿਲਾ ਕਦਮ ਚੁੱਕੋ। ਪਹਿਲਾ ਕਦਮ ਇਹੀ ਹੈ ਕਿ ਵੋਟ ਪਾਓ, ਔਰ ਵੋਟ ਇਸ ਤਰ੍ਹਾਂ ਪਾਓ ਉਸ ਬੰਦੇ ਨੂੰ ਚੁਣੋ ਜੋ ਤੁਸੀਂ ਸਮਝਦੇ ਹੋ ਲਾਇਕ ਹੈ, ਜ਼ਿੰਮੇਵਾਰ ਹੈ, ਉਹਦੀ ਉਹ ਜ਼ਿੰਮੇਵਾਰ ਵੀ ਰਹੇਗਾ, ਅਕਾਊਂਟੇਬਲ ਵੀ ਰਹੇਗਾ, ਜਵਾਬਦੇਹ ਵੀ ਆ, ਔਰ ਜਿਹੜੇ ਬੰਦੇ ਚੁਣੇ ਸੀ ਉਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਕੀਤਾ ਹੈ ਕੀ ਨਹੀਂ ਕੀਤਾ ਹੈ, ਇਸ ਗੱਲ ਨੂੰ ਕਰੋ। ਜਿਹੜੇ ਘੋਸ਼ਣਾ ਪੱਤਰ ਹੁੰਦੇ ਨੇ, ਜੋ ਘੋਸ਼ਣਾਵਾਂ ਹੀ ਕਹਿੰਦੇ ਨੇ, ਨਾਇਦਰ ਏ ਰੂਲ ਅਤੇ ਨੋਰ ਏ ਲੋ, ਨਾ ਤਾਂ ਕਾਨੂੰਨ ਹੁੰਦਾ ਅਤੇ ਨਾ ਉਹ ਘੋਸ਼ਣਾ ਦੇ ਵਿੱਚ ਉਹਨਾਂ ਨੂੰ ਇਹ ਲੇਕਿਨ ਬੰਨਣਾ ਚਾਹੀਦਾ ਹੈ ਕਿ ਭਾਈ ਸਾਹਿਬ ਤੁਸੀਂ ਕਿਹਾ ਸੀ ਇਹ ਗੱਲ ਜੀ, ਮਤਲਬ ਇਹ ਗੱਲ ਹੋਣਾ ਚਾਹੀਦਾ। ਹੁਣ ਇਸ ਤਰ੍ਹਾਂ ਇੱਕ ਇਤਿਹਾਸ ਦੇ ਵਿੱਚ ਇੱਕ ਮਤਲਬ ਇੱਕ ਗੱਲ ਆਉਂਦੀ ਹੈ ਵੀ ਕਿਸੇ ਲੀਡਰ ਨੂੰ ਪੁੱਛਿਆ ਗਿਆ ਜੀ ਤੁਸੀਂ ਪਿਛਲੀ ਵਾਰੀ ਆਏ ਸੀਗੇ ਅਤੇ ਵਾਅਦਾ ਕੀਤਾ ਸੀ ਕਿ ਇੱਥੇ ਪਾਣੀ ਨਹੀਂ ਆਉਂਦਾ, ਨਹਿਰ ਬਣਾ ਦਿਆਂਗੇ ਅਤੇ ਤੁਸੀਂ ਬਣਾਈ ਤਾਂ ਹੈ ਨਹੀਂ। ਕਹਿੰਦਾ ਅੱਛਾ ਮੈਂ ਕਿਹਾ ਸੀ, ਕਹਿੰਦਾ ਮੈਂ ਹੁਣ ਕਹਿੰਦਾ ਨਹੀਂ ਬਣੀ ਤਾਂ ਨਹੀਂ ਬਣਾਉਣੀ। ਮਤਲਬ ਇੱਦਾਂ ਦੀ ਗੱਲ ਸੁਣਨੀ ਨਹੀਂ ਚਾਹੀਦੀ, ਇਹਨੂੰ ਅਪੋਜ਼ ਕਰਨਾ ਚਾਹੀਦਾ, ਇਹਦੇ ਇਹਦਾ ਵਿਰੋਧ, ਮਤਲਬ ਇਹਦੇ ਹੱਕ ਦੇ ਲਈ, ਆਪਣੇ ਹੱਕ ਲਈ। ਹੁਣ ਪੰਜਾਬੀ ਕਹਿੰਦੇ ਚਾਹੁੰਦੇ ਜੀ ਹੱਕ ਜਾਂਦੇ ਆਪਣੇ ਆਪੇ ਲੈਣਗੇ, ਖੋ ਖੋਣ ਵਾਲੀ ਗੱਲ ਤਾਂ ਨਹੀਂ, ਕਮ ਸੇ ਕਮ ਅਸਰਟ ਤਾਂ ਕਰੋ ਉਹਨਾਂ ਨੂੰ ਗੱਲ ਨੂੰ। ਵੈਸੇ ਅਸਰਟ ਕਰਨ ਲੱਗ ਪਿਆ ਹੈ ਦਰਸ਼ਕੋ, ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਗੇ। ਔਰ ਫਿਰ ਵੀ ਇਹ ਜਿਹੜਾ ਇਲੈਕਸ਼ਨ ਆਉਣ ਵਾਲਾ ਹੈ 17ਵੀਂ ਲੋਕ ਸਭਾ ਦਾ, ਜੇ ਇਸ ਵਿੱਚ ਕਿਸੇ ਨੇ ਚੰਗੀ ਭੂਮਿਕਾ ਜਾਂ ਐਕਟਿਵ ਰੋਲ ਨਿਭਾਉਣਾ ਹੈ ਔਰ ਉਸਦੀ ਵੋਟ ਨਹੀਂ ਬਣੀ ਜਾਂ ਵੋਟ ਬਾਰੇ ਕੋਈ ਸਮੱਸਿਆ ਹੈ, ਤਾਂ 1950 ਡਾਇਲ ਕਰੋ ਨੰਬਰ, ਬਸ ਤੁਹਾਨੂੰ ਸਾਰੀਆਂ ਸਮੱਸਿਆਵਾਂ ਦਾ ਹੱਲ 1950 ਨੰਬਰ ਤੋਂ ਮਿਲ ਸਕਦਾ ਹੈ। ਤੁਹਾਨੂੰ ਗਾਈਡ ਕੀਤਾ ਜਾਏਗਾ ਜੇ ਕਿਸੇ ਦੀ ਵੋਟ ਨਹੀਂ ਬਣੀ ਜਾਂ ਸੂਚੀਆਂ ਵਿੱਚ ਨਾਮ ਨਹੀਂ ਹੈਗਾ ਜਾਂ ਉਹਨੂੰ ਆਪਣੀ ਪੋਲਿੰਗ ਬੂਥ ਦਾ ਨਹੀਂ ਪਤਾ ਜਾਂ ਕੁਛ ਹੋਰ ਹੈ, ਤਾਂ ਸਾਰੀਆਂ ਇੰਸਟਰਕਸ਼ਨ 1950 ਨੰਬਰ ਡਾਇਲ ਕਰਕੇ ਮਿਲ ਸਕਦੀਆਂ। ਮਤਲਬ ਸਰਕਾਰ ਵੱਲੋਂ ਸਾਰਾ ਪ੍ਰਬੰਧ, ਸਰਕਾਰ ਵੱਲੋਂ ਜਿਹੜੀ ਆਉਣੀ ਹੈਗੀ ਹੈ ਉਹ ਘਰ ਆ ਜਾਣੀ ਹੈਗੀ ਹੈ। ਮੈਂ ਕਿਹਾ ਸੀ, ਮੈਂ ਕਿਹਾ ਇੱਕ BLO ਇਹਨਾਂ ਨੇ ਨਿਯੁਕਤ ਕੀਤੇ ਹਨ ਚੋਣ ਕਮਿਸ਼ਨ ਨੇ, ਉਹ ਤਕਰੀਬਨ ਸਾਰੇ ਆਪਣੇ ਆਪਣੇ ਖੇਤਰ 'ਚ ਸਰਗਰਮ ਹੈਗੇ ਆ, ਉਹਨਾਂ ਨੂੰ ਕੋਈ ਵੀ ਪ੍ਰੋਬਲਮ ਉਹਨਾਂ ਨੂੰ ਦੱਸੋ, ਹਾਂਜੀ ਉਹ ਸਾਰਾ ਉਹਨਾਂ ਕੋਲ ਫਾਰਮ ਵੀ ਆ ਸਾਰਾ ਹੈਗਾ, ਉਹ ਸਾਰਾ ਤੁਹਾਡਾ ਪ੍ਰੋਬਲਮ ਸੋਲਵ ਕਰ ਦਿੰਦੇ। BLO ਦੇ ਕੋਲ ਜਾ ਸਕਦੇ ਨੇ ਆਪਣੇ, ਬਿਲਕੁਲ, ਜਾਂ ਵੈਸੇ 1950 ਅੱਜ ਕੱਲ੍ਹ ਤਾਂ ਮੋਬਾਈਲ ਸਭ ਕੋਲ ਹੈ, ਫੋਨ ਸਭ ਕੋਲ ਹੈ, 1950 ਨੰਬਰ ਡਾਇਲ ਕਰਕੇ ਆਪਣੀ ਸਮੱਸਿਆ ਦੱਸੋ, ਉਹ ਗਾਈਡ ਕਰਦੇ ਨੇ। ਬਿਲਕੁਲ, ਮਤਲਬ ਇਹ ਵੀ ਵੋਟਰ ਦੀ ਪਰਸੈਂਟੇਜ। ਦੂਸਰੀ ਗੱਲ ਇਸ ਗੱਲ ਨੂੰ ਸਮਝੋ ਕਿ ਜਿਹੜੀ ਰਾਸ਼ਟਰੀ ਜ਼ਿੰਮੇਵਾਰੀ ਦੀ ਗੱਲ ਆਪਾਂ ਕਿਤੇ ਦੱਸੀਏ ਕਿ ਵੋਟ ਪਾਉਣ ਵਾਲੇ ਦਿਨ ਵੱਧ ਤੋਂ ਵੱਧ ਜਿਹੜਾ ਤੁਹਾਡਾ ਪੋਲਿੰਗ ਸਟੇਸ਼ਨ ਦਾ ਡਿਸਟੈਂਸ ਹੋਣਾ ਘੱਟ ਤੋਂ ਘੱਟ ਹੁੰਦਾ 500 ਮੀਟਰ, ਜਾਂ ਤਕਰੀਬਨ 500 ਮੀਟਰ ਦੇ ਅੰਦਰ ਅੰਦਰ ਵੋਟ ਪਾਉਣੀ ਹੁੰਦੀ ਹੈ। ਘਰ ਤੋਂ ਨਿਕਲੋ ਤਾਂ ਕਮ, ਜੇ ਅਸੀਂ ਪੈਦਲ ਵੀ ਚੱਲੀਏ ਤਾਂ 15-20 ਮਿੰਟ ਦੇ ਅੰਦਰ ਅਸੀਂ ਉੱਥੇ ਵੋਟ ਪਾ ਕੇ, ਤਾਂ 5 ਮਿੰਟ ਉੱਥੇ ਲੱਗਦੇ ਹੈਗੇ ਨੇ ਵੋਟ ਪਾਉਣ ਨੂੰ, ਅਸੀਂ ਆ ਜਾਂਦੇ ਪੋਲਿੰਗ ਸਟੇਸ਼ਨ ਦੇ ਵਿੱਚ। ਇੱਕ ਵਿੱਚ ਪੋਲਿੰਗ ਬੂਥ ਕਈ ਹੁੰਦੇ ਨੇ, ਇਸ ਤਰ੍ਹਾਂ ਹੁੰਦਾ ਕੋਈ ਵੱਡੀ ਵੱਡੀ ਲਾਈਨ, ਅੱਜ ਕਹਿੰਦੇ ਵੱਡੀ ਲਾਈਨ ਦਿਖਾਈ ਨਹੀਂ ਦਿੰਦੀ, ਕਿਉਂ ਉਹ ਜਿਹੜੀ ਮਸ਼ੀਨ ਆਉਂਦੀ EVM ਆਉਣ ਦੇ ਨਾਲ ਵੀ ਜਿਹੜਾ ਹੈਗਾ ਉਹ ਖੜ ਗਿਆ। ਤੋ ਇਹ ਵਕਤ ਜਿਹੜੀ ਹੈ ਨਾ, ਵਕਤ ਕੱਢਣਾ ਪੈਂਦਾ ਹੈ, ਵਕਤ ਵੋਟਰ ਨੂੰ ਆਪਣਾ ਕੱਢਣਗੇ, ਸਾਰਾ ਕੁਝ ਦੱਸਣਗੇ। ਦਰਸ਼ਕੋ, ਅਸੀਂ ਨਵੀਂ ਸਰਕਾਰ ਚੁਣੀ ਹੈ, ਆਪਣਾ ਫਰਜ਼ ਸਮਝ ਕੇ ਆਪਣੀ ਤਾਕਤ ਦਾ ਇਸਤੇਮਾਲ ਕਰਨਾ ਹੈ। ਸਰਕਾਰ ਚੁਣਨ ਵਾਸਤੇ ਆਪਣੇ ਦੇਸ਼ ਦੇ ਭਵਿੱਖ ਲਈ, ਆਪਣੇ ਭਵਿੱਖ ਲਈ ਅਸੀਂ ਵੋਟ ਪਾਉਣੀ ਹੈ। ਔਰ ਅਸੀਂ ਤੁਹਾਨੂੰ ਇਸ ਵਿਸ਼ੇ 'ਤੇ ਫਿਰ ਮਿਲਦੇ ਰਹਾਂਗੇ। ਪ੍ਰੋਫੈਸਰ KK ਗਈ ਔਰ ਬਲਕਾਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਦਰਸ਼ਕੋ, ਤੁਹਾਡਾ ਵੀ ਬਹੁਤ ਧੰਨਵਾਦ। ਔਰ ਭੁੱਲਣਾ ਨਹੀਂ, ਆਪਣਾ ਫਰਜ਼ ਪੂਰਾ ਕਰਨਾ ਇੱਕ ਵੋਟਰ ਦੇ ਤੌਰ 'ਤੇ, ਇੱਕ ਚੰਗੀ ਸਰਕਾਰ ਬਣਾਉਣ ਵਾਸਤੇ। ਇਜਾਜ਼ਤ ਦਿਓ, ਸ਼ੁਕਰੀਆ।